अपनी ऊंचाई का कदे भी जिंदगी घमंड ना करो, क्योंकि बदलों नू पानी लैण दे वास्ते जमीन ते आना पैंदा है। सो इस करके जदों भी तुसी ऊंचाई दियां पौड़ियां चढ़दे हो, जदों भी तुसी जिंदगी दे विच तरक्कियां हासिल करदे हो, उच्चे मुकामां ते पहुंचदे हो, तां हमेशा जमीन दे नाल जुड़ के रहो, क्योंकि जिन्ना तुसी जमीन दे नाल जुड़ के रहोगे उन्ना ऊंचाई ते जाण ते तुहाडा बैलेंस जिहड़ा बणिया रहेगा, तुसी डोलोंगे नहीं। पर कई बार की हुंदा कि असी जमीन जिहड़ी उस नूं छड्ड दिंदे आ ते अगे वधना शुरू कर लैंदे आ ते बाद दे विच फिर असी डगमगा जांदे आ, डोल जांदे आ। सो इस करके जिंदगी दे विच हमेशा इस गल दा ख्याल रखो कि जदों भी तुसी जिंदगी दे विच ऊंचाइयां दे वल वधदे हो, तरक्कियां कामयाबियां हासिल करदे हो ते उच्चे मुकामां ते पहुंचदे हो, ते फिर जमीन दे नाल जुड़ के रहो। कदे भी अपनी कामयाबी तरक्की दा अहंकार ना करो, क्योंकि कामयाबियां तरक्कियां जिहड़ियां ने गियां कदों आउंदियां ने कदों जांदियां ने गियां इन्हां दे समें दा पता नहीं लगदा। सो इस करके जे धरती दे नाल जुड़ के चलांगे ना तां जिंदगी च कदे भी किसे भी हालात दे विच असी डोल नहीं सकते। उम्मीद तुहानूं सारिआं नूं अज दा विचार चंगा लग्गिया होएगा। सो बिल्कुल जी, नाल नाल तुहानूं दस दईए कि अज दा जिहड़ा इह प्रोग्राम है फेसबुक ते तुसी लाइव सुन सकदे हो। सो फेसबुक ते लाइव सुनण दे लई आरजे गगनदीप दे नाम ते मेरा जिहड़ा पेज हैगा उस ते तुसी जा सकदे हो ते उत्थे इह प्रोग्राम लाइव सुन सकदे हो। वैसे मैं बहुत सारे साडे स्रोते ने जिन्हां दे मेरे कोल नंबर हैगे ने उन्हां तक आपां लिंक जिहड़ा शेयर कर दित्ता है। सो फेसबुक ते भी इस प्रोग्राम नूं ਤੁਸੀਂ ਨਾਲ ਨਾਲ ਸੁਣ ਸਕਦੇ ਹੋ ਅਤੇ ਕਮੈਂਟਸ ਕਰ ਸਕਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਹੁਣ ਚੱਲਦੇ ਹਾਂ ਜੀ ਸਾਡੇ ਪ੍ਰੋਗਰਾਮ ਦੇ ਉਹਨਾਂ ਸਪੋਂਸਰਸ ਦਾ ਧੰਨਵਾਦ ਕਰਨ ਜੋ ਹਮੇਸ਼ਾ ਆਪਣੀ ਨੇਕ ਕਮਾਈ ਦੇ ਵਿੱਚ ਇਸ ਪ੍ਰੋਗਰਾਮ ਨੂੰ ਯੋਗਦਾਨ ਦਿੰਦੇ ਨੇ, ਸਹਿਯੋਗ ਦਿੰਦੇ ਨੇ ਅਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਮਾਣ ਬਖਸ਼ਦੇ ਨੇ, ਜਿਨ੍ਹਾਂ ਦੇ ਵਿੱਚ ਨੇ ਕਮਲਜੀਤ ਕੌਰ ਜੀ ਇਟਲੀ ਤੋਂ, ਸੋ ਜਿਨ੍ਹਾਂ ਨੇ ਆਪਣੇ ਬੇਟੇ ਦੀ ਵਿਆਹ ਦੀ ਖੁਸ਼ੀ ਦੇ ਵਿੱਚ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਕਮਲਜੀਤ ਜੀ ਤੁਹਾਡਾ, ਅਤੇ ਨਾਲ ਹੀ ਬਖਸ਼ੀ ਜੀ ਦੁਬਈ ਤੋਂ ਜੋ ਹਮੇਸ਼ਾ ਇਸ ਪ੍ਰੋਗਰਾਮ ਨੂੰ ਮਾਣ ਸਨਮਾਨ ਬਖਸ਼ਦੇ ਨੇ, ਆਪਣੀ ਮਿਹਨਤ ਦੀ ਨੇਕ ਕਮਾਈ ਦੇ ਵਿੱਚੋਂ ਯੋਗਦਾਨ ਦਿੰਦੇ ਨੇ, ਅਤੇ ਜਸਵਿੰਦਰ ਜੀ ਵਿਨੀਪੈਗ ਤੋਂ ਵੀ ਜੋ ਪ੍ਰੋਗਰਾਮ ਨੂੰ ਸਹਿਯੋਗ ਦੇ ਰਹੇ ਨੇ, ਅਤੇ ਨਾਲ ਹੀ ਸਾਡੇ ਇੱਕ ਹੋਰ ਇਟਲੀ ਵਾਲੇ ਸਰੋਤੀ ਜੋ ਹਮੇਸ਼ਾ ਪ੍ਰੋਗਰਾਮ ਨੂੰ ਸਹਿਯੋਗ ਦਿੰਦੇ ਨੇ, ਯੋਗਦਾਨ ਦਿੰਦੇ ਨੇ ਮਿਹਨਤ ਦੀ ਕਮਾਈ ਦੇ ਵਿੱਚੋਂ, ਪਰ ਨਾਮ ਦੀ ਸਾਂਝ ਪਾਉਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਪ੍ਰੋਗਰਾਮ ਦੇ ਇਹਨਾਂ ਸਪੋਂਸਰਸ ਦਾ, ਅਤੇ ਨਾਲ ਹੀ ਗਿਲੰਟੀ ਜੀ ਵੀ ਜਿਹੜੇ ਆ ਸਾਡੇ ਸਪੋਂਸਰਸ ਦੀ ਲਾਈਨ ਦੇ ਵਿੱਚ ਆਉਣ ਵਾਲੇ ਨੇ। ਸੋ ਬੜੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ, ਬਹੁਤ ਜਲਦ ਗਿਲੰਟੀ ਵੀ ਜਿਹੜਾ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਸੋ ਗਿਲੰਟੀ ਤੁਹਾਡਾ ਵੀ ਦਿਲੋਂ ਸ਼ੁਕਰੀਆ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਰਹੇਗਾ ਰੌਣਕ ਵਿਹੜੇ ਦੀ। ਸੋ ਬਿਲਕੁਲ ਜੀ, ਇਸ ਵਿਹੜੇ ਦੇ ਵਿੱਚ ਰੌਣਕਾਂ ਤੁਸੀਂ ਸਾਰਿਆਂ ਨੇ ਲਾਉਣੀਆਂ ਨੇ, ਕਿਉਂਕਿ ਰੌਣਕ ਵਿਹੜੇ ਦੀ ਸਿਲਸਿਲਾ ਹੈ, ਅਤੇ ਰੌਣਕਾਂ ਵਿਹੜਿਆਂ ਦੇ ਵਿੱਚ ਲੱਗਣ ਉਹ ਵਿਹੜੇ ਜਿਹੜੇ ਆ ਨਾ ਆਟੋਮੈਟਿਕਲੀ ਬੜੇ ਸੋਹਣੇ ਅਤੇ ਸੁਹਾਣੇ ਲੱਗਦੇ ਨੇ, ਕਿਉਂਕਿ ਅੱਜ ਕੱਲ੍ਹ ਰੌਣਕਾਂ ਵਿਹੜਿਆਂ ਦੇ ਵਿੱਚ ਲੱਗਦੀਆਂ ਬਹੁਤ ਘੱਟ ਨੇ, ਜੇ ਕਿਤੇ ਲੱਗਦੀਆਂ ਨੇ ਤਾਂ ਵਾਕਈ ਚਾਅ ਚੜ੍ਹ ਜਾਂਦਾ, ਔਰ ਵਿਹੜਿਆਂ ਦੀਆਂ ਰੌਣਕਾਂ ਜਿਹੜੀਆਂ ਨੇ ਸਦਾ ਲੱਗਦੀਆਂ ਰਹਿਣ, ਇਹੀ ਦੁਆਵਾਂ ਸਾਡੀਆਂ। ਸੋ ਪੁਰਾਣੇ ਸਮੇਂ ਦੇ ਵਿੱਚ ਨਾ ਸਾਨੂੰ ਰੌਣਕਾਂ ਵਾਲੇ ਵਿਹੜੇ ਲੱਭਣੇ ਨਹੀਂ ਪੈਂਦੇ ਸੀ, ਅਸੀਂ ਘਰੋਂ ਬਾਹਰ ਨਿਕਲਦੇ ਸੀ, ਕਿਸੇ ਵੀ ਤਾਏ ਚਾਚੇ ਦੇ ਘਰ ਚਲੇ ਜਾਂਦੇ, ਕਿਸੇ ਵੀ ਆਂਢੀ ਗੁਆਂਢੀ ਦੇ ਘਰ ਚਲੇ ਜਾਂਦੇ, ਉੱਥੇ ਹੀ ਰੌਣਕਾਂ ਲੱਗ ਜਾਂਦੀਆਂ ਸੀ। ਇੱਕ ਬੰਦਾ ਬੈਠਦਾ, ਦੋ ਆਉਂਦੇ, ਚਾਰ ਆਉਂਦੇ, ਅਤੇ ਮੈਨੂੰ ਲੱਗਦਾ ਵੀ ਕਈ ਵਾਰ ਤਾਂ ਪੂਰਾ ਆਂਢ ਗੁਆਂਢ ਜਿਹੜਾ ਇੱਕੋ ਹੀ ਘਰ 'ਚ ਇਕੱਠਾ ਹੋ ਜਾਂਦਾ ਸੀ, ਨਾ ਕੋਈ ਚਾਹ ਬਣਾਉਣ ਤੋਂ ਆਖਦਾ ਸੀ, ਨਾ ਕੋਈ ਗੱਲਾਂ ਕਰਨ ਤੋਂ ਆਖਦਾ ਸੀ, ਅਤੇ ਗੱਲਾਂ ਵੀ ਦਿਲ ਦੀਆਂ ਦਿਲ ਖੋਲ੍ਹ ਕੇ ਕੀਤੀਆਂ ਜਾਂਦੀਆਂ ਸੀ। ਸਾਨੂੰ ਡਰ ਨਹੀਂ ਹੁੰਦਾ ਸੀ ਕਿ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਉਹ ਕਿਵੇਂ ਇਸਤੇਮਾਲ ਹੋਣਗੀਆਂ, ਕਿਸ ਤਰੀਕੇ ਇਸਤੇਮਾਲ ਹੋਣਗੀਆਂ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ 24 ਘੰਟੇ ਮਨ ਦੇ ਉੱਪਰ ਇੱਕ ਡਰ ਦਾ ਸਾਇਆ ਬਣਿਆ ਰਹਿੰਦਾ, ਕਿਉਂਕਿ ਅੱਜ ਕੱਲ੍ਹ ਸੁੱਖ ਨਾਲ ਅਸੀਂ ਤੇਜ਼ ਤਰਾਰ ਜ਼ਮਾਨੇ ਦੇ ਵਿੱਚ ਚੱਲ ਰਹੇ ਹਾਂ, ਤਰੱਕੀਆਂ ਕਰ ਰਹੇ ਹਾਂ, ਅਤੇ ਰਿਕਾਰਡਿੰਗ ਡਿਵਾਈਸਾਂ ਸਾਡੇ ਹੱਥਾਂ ਦੇ ਵਿੱਚ ਨੇ, ਸਾਨੂੰ ਪਤਾ ਹੀ ਨਹੀਂ ਹੈ ਕਦੋਂ ਕਿਸ ਰੂਪ ਦੇ ਵਿੱਚ ਸਾਡੀਆਂ ਗੱਲਾਂ ਜਿਹੜੀਆਂ ਨੇ ਰਿਕਾਰਡ ਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਕੱਟ ਵੱਢ ਕੇ ਅੱਗੇ ਭੇਜੀਆਂ ਜਾਂਦੀਆਂ ਨੇ। ਸੋ ਇਸ ਕਰਕੇ ਅੱਜ ਦਿਲ ਖੋਲ੍ਹ ਕੇ ਨਾ ਗੱਲਾਂ ਕਰਨ ਵਾਲੀਆਂ ਰੌਣਕਾਂ ਵਿਹੜਿਆਂ 'ਚ ਦਿਖਦੀਆਂ ਨੇ, ਪਰ ਹਾਂ ਅਸੀਂ ਸਾਰੇ ਖੁਸ਼ ਨਸੀਬ ਹਾਂ ਕਿ ਸਾਡੇ ਇਸ ਵਿਹੜੇ ਦੇ ਵਿੱਚ ਦਿਲ ਖੋਲ੍ਹ ਕੇ ਗੱਲਾਂ ਹੁੰਦੀਆਂ ਨੇ। ਸੋ ਤੁਸੀਂ ਸਾਰੇ ਆ ਸਕਦੇ ਹੋ, ਪ੍ਰੋਗਰਾਮ ਦਾ ਫਟਾਫਟ ਫੋਨ ਨੰਬਰ ਨੋਟ ਕਰ ਲਓ, +91 ਜ਼ਰੂਰ ਲਗਾ ਲੈਣਾ, ਖਾਸ ਤੌਰ 'ਤੇ ਵਿਦੇਸ਼ਾਂ ਤੋਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਇਸ ਮੰਚ 'ਤੇ ਸਾਡੇ ਨਾਲ ਸਾਂਝ ਬਣਾਉਣਗੇ, ਉਹਨਾਂ ਦੇ ਲਈ +91 ਜ਼ਰੂਰ ਲਗਾ ਕੇ 7926983391 ਭਾਰਤੀ ਸਟੂਡੀਓ ਦਾ ਆਪਣਾ ਨੰਬਰ, ਜਿਸ ਨੂੰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਨਾਲ ਜੁੜ ਸਕਦੇ ਹੋ, ਆਪਣੀ ਸਾਂਝ ਬਣਾ ਸਕਦੇ ਹੋ ਅਤੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਨੰਬਰ ਮੈਂ ਫਿਰ ਰਿਪੀਟ ਕਰ ਦਿੰਦੀ ਹਾਂ, +91 ਲਗਾ ਕੇ 7926983391। ਸੋ ਇਹ ਨੰਬਰ ਜਦੋਂ ਤੁਸੀਂ ਡਾਇਲ ਕਰੋਗੇ ਇਸ ਮੰਚ 'ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਤੁਹਾਡੀ ਸਾਂਝ ਬਣ ਜੂਗੀ ਅਤੇ ਪ੍ਰੋਗਰਾਮ ਦਾ ਹਿੱਸਾ ਵੀ ਤੁਸੀਂ ਜਿਹੜੇ ਆ ਬਣ ਜਾਓਗੇ। ਸੋ ਨਾਲ ਹੀ ਬਹੁਤ ਸਾਰੇ ਪਰਿਵਾਰਕ ਮੈਂਬਰ ਹੈ ਜਿਹੜੇ ਇਸ ਵੇਲੇ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਜਿਨ੍ਹਾਂ ਦੇ ਬਹੁਤ ਸਾਰੇ ਸੁਨੇਹੇ ਹੈਗੇ ਨੇ, ਔਰ ਫੇਸਬੁੱਕ ਲਾਈਵ ਪ੍ਰੋਗਰਾਮ ਜਿਹੜਾ ਹੈਗਾ ਜੀ
ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ. ਸੋ ਜਿਹੜੇ ਵੀ ਦੋਸਤ ਸੋਹਣਾ ਲਿਖ ਲੈਂਦੇ ਨੇ, ਗਾ ਲੈਂਦੇ ਨੇ, ਸੋਹਣੀਆਂ ਗੱਲਾਂ ਕਰ ਲੈਂਦੇ ਨੇ, ਸਮਾਜ ਨੂੰ ਬਦਲਣ ਦੀਆਂ ਗੱਲਾਂ ਦੀ ਜਿਹੜੀ ਆ ਸੋਚ ਰੱਖਦੇ ਨੇ, ਕੋਈ ਚੰਗੀ ਗੱਲ ਤੁਸੀਂ ਇਸ ਮੰਚ ਦੇ ਵਿੱਚ ਜੇ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਤੁਸੀਂ ਆ ਸਕਦੇ ਹੋ. ਅਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਲਓ ਫਿਰ ਚੱਲਦੇ ਹਾਂ ਜੀ ਸੁਨੇਹਿਆਂ ਦੇ ਵੱਲ. ਦਵਿੰਦਰ ਕੌਰ ਧਾਲੀਵਾਲ ਜੀ ਅਮੈਰੀਕਾ ਤੋਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਫੇਸਬੁੱਕ ਦੇ ਜ਼ਰੀਏ ਵੀ, ਅਤੇ ਡਾਇਰੈਕਟ ਮੈਸੇਜ ਵੀ ਇਹਨਾਂ ਦੇ ਵੱਲੋਂ ਆ ਚੁੱਕਿਆ. ਅਤੇ ਨਾਲ ਹੀ ਸੁਖਜੀਤ ਜੀ ਜਿਹੜੇ ਆ ਉਹਨਾਂ ਦੀ ਸਾਂਝ ਵੀ ਪ੍ਰੋਗਰਾਮ ਦੇ ਵਿੱਚ ਫੇਸਬੁੱਕ ਦੇ ਜ਼ਰੀਏ ਬਣ ਚੁੱਕੀ ਹੈ. ਅਤੇ ਮੁਕੱਦਰ ਜੀ ਇਸ ਵੇਲੇ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਸਾਡੇ ਨਾਲ. ਜਸਵਿੰਦਰ ਜੀ ਜਿਹੜੇ ਉਹਨਾਂ ਦੀ ਮਿਸ ਕਾਲ ਆ ਚੁੱਕੀ ਹੈ. ਅਤੇ ਲਾਈਨ ਦੇ ਨਾਲ ਸਾਡੇ ਬਲਵੰਤ ਜੀ ਸਿਰੇਵਾਲਾ ਤੋਂ ਵੀ ਆਪਣੀ ਸਾਂਝ ਬਣਾ ਚੁੱਕੇ ਨੇ. ਸੋ ਮਲਕੀਤ ਸਿੰਘ ਜੀ ਘੜੀ ਸਾਂਝ ਵੀ ਪ੍ਰੋਗਰਾਮ 'ਚ ਆ ਚੁੱਕੇ ਨੇ. ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਪੂਰੇ ਪਰਿਵਾਰ ਨੂੰ, ਪ੍ਰੋਗਰਾਮ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ, ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਤੋਂ. ਅਤੇ ਜਸਵਿੰਦਰ ਸਿੰਘ ਜੀ ਰਾਏ ਵਿਨੀਪੈਗ ਤੋਂ, ਬਖਸ਼ਿਸ਼ ਜੀ ਦੁਬਈ ਤੋਂ ਪ੍ਰੋਗਰਾਮ ਦੇ ਨਾਲ ਨੇ ਜੀ. ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਪੂਰੇ ਪਰਿਵਾਰ ਨੂੰ ਬੁਲਾ ਰਹੇ ਨੇ. ਔਰ ਅੱਜ ਦਾ ਵਿਚਾਰ ਉਹਨਾਂ ਨੂੰ ਚੰਗਾ ਲੱਗਿਆ, ਬਹੁਤ ਬਹੁਤ ਸ਼ੁਕਰੀਆ. ਜਸਵਿੰਦਰ ਸ਼ਰਮਾ ਜੀ ਵੀ ਪ੍ਰੋਗਰਾਮ ਦੇ ਨਾਲ ਆਪਣੀ ਸਾਂਝ ਬਣਾ ਚੁੱਕੇ ਨੇ. ਸੋ ਜਸਵਿੰਦਰ ਸ਼ਰਮਾ ਜੀ ਇੱਕ ਰਾਈਟਰ ਨੇ ਜੀ. ਮਨ ਮੰਦਰ ਵਿੱਚ ਜੋਤ ਜਗਾਵਾਂ ਮੈਂ, ਬੜੀ ਸ਼ਰਧਾ ਦੇ ਨਾਲ ਤੈਨੂੰ ਧਿਆਵਾਂ ਮੈਂ, ਆਪਣਾ ਜੀਵਨ ਸੁਖੀ ਬਣਾਵਾਂ ਮੈਂ, ਰਾਮ ਭਜਨ ਦਿਨ ਰਾਤ ਗਾਵਾਂ ਮੈਂ, ਦੇਸ਼ ਦੇ ਰਾਜੇ ਦਾ ਧੰਨਵਾਦ ਕਰਦਾ ਜਾਵਾਂ ਮੈਂ, ਰਾਮ ਲੱਲਾ ਦੇਖਣ ਜਾਵਾਂ ਮੈਂ, ਖੁਸ਼ੀ ਦੇ ਵਿੱਚ ਨੱਚ ਨੱਚ ਕੇ ਕਮਲਾ ਹੋ ਜਾਵਾਂ ਮੈਂ, ਰਾਮ ਨਾਮ ਬੋਲ ਸ਼ੁਕਰ ਮਨਾਵਾਂ ਮੈਂ. ਜਸਵਿੰਦਰ ਸ਼ਰਮਾ, ਰਾਮਨੌਮੀ ਮੁਬਾਰਕ ਰੇਡੀਓ ਚੈਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ ਅਤੇ ਪੂਰੇ ਪਰਿਵਾਰ ਨੂੰ. ਸੋ ਬਿਲਕੁਲ ਜੀ, ਮੇਰੇ ਵੱਲੋਂ ਵੀ ਰਾਮਨੌਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ. ਅਤੇ ਨਾਲ ਹੀ ਜਸਵੀਰ ਭਲੂਰੀਆ ਜੀ ਵੀ ਕੈਨੇਡਾ ਤੋਂ ਪ੍ਰੋਗਰਾਮ ਨਾਲ ਜੁੜ ਚੁੱਕੇ ਨੇ. ਪਿਆਰੀ ਭੈਣ ਗਗਨਦੀਪ ਜੀ, ਆਪ ਜੀ ਨੂੰ, ਸਾਰੀ ਟੀਮ ਨੂੰ ਅਤੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਅਤੇ ਨਾਲ ਹੀ ਸਾਰੇ ਸਪੋਂਸਰ ਵੀਰਾਂ ਦਾ, ਖਾਸ ਕਰਕੇ ਗੁਪਤ ਸਪੋਂਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ. ਅੱਜ ਦਾ ਵਿਚਾਰ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਲੱਗਿਆ. ਕਹਿੰਦੇ ਨੇ ਮੁਸੀਬਤ ਦੇ ਵਿੱਚ ਦਿਲ ਨਹੀਂ ਛੱਡਣਾ ਚਾਹੀਦਾ ਅਤੇ ਪੈਸੇ ਆਉਣ 'ਤੇ ਪੈਰ ਨਹੀਂ ਛੱਡਣੇ ਚਾਹੀਦੇ. ਇਹ ਦੋਨੋਂ ਚੀਜ਼ਾਂ ਜੇ ਅਸੀਂ ਬੈਲੈਂਸ ਕਰਨੀਆਂ ਸਿੱਖ ਗਏ ਨਾ ਤਾਂ ਜ਼ਿੰਦਗੀ ਦੇ ਵਿੱਚ ਵੀ ਸਾਡਾ ਬੈਲੈਂਸ ਹਮੇਸ਼ਾ ਬਣਿਆ ਰਹੂਗਾ. ਫਿਲਹਾਲ ਸੁਨੇਹੇ ਮੈਂ ਨਾਲ ਨਾਲ ਅੱਜ ਸਾਂਝੇ ਕਰਦੀ ਰਹੂੰਗੀ, ਪਰ ਆਪਾਂ ਕਾਲ ਦੇ ਜ਼ਰੀਏ ਸਾਡੇ ਜੁੜੇ ਹੋਏ ਜਿਹੜੇ ਸਰੋਤੇ ਨੇ ਉਹਨਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਾਵਾਂਗੇ. ਅਤੇ ਲਓ ਫਿਰ ਕਾਲ ਦੇ ਜ਼ਰੀਏ ਜੁੜੇ ਨੇ ਮੁਕੱਦਰ ਜੀ ਬਠਿੰਡਾ ਤੋਂ. ਪਹਿਲਾਂ ਆਪਾਂ ਉਹਨਾਂ ਵੱਲ ਚੱਲਦੇ ਹਾਂ, ਫਿਰ ਬਲਵੰਤ ਜੀ ਸਿਰੇਵਾਲਾ ਤੋਂ ਜੁੜੇ ਨੇ ਉਹਨਾਂ ਵੱਲ ਚੱਲਾਂਗੇ, ਫਿਰ ਜਸਵਿੰਦਰ ਜੀ ਦੀ ਮਿਸ ਕਾਲ ਆ ਚੁੱਕੀ ਹੈ ਉਹਨਾਂ ਦੇ ਵੱਲ ਵੀ ਚੱਲਾਂਗੇ, ਅਤੇ ਨਾਲ ਨਾਲ ਸੁਨੇਹੇ ਵੀ ਪੜ੍ਹਦੇ ਰਹਾਂਗੇ. ਸੋ ਫਿਲਹਾਲ ਪਹਿਲੇ ਕਾਲਰ ਇਸ ਵੇਲੇ ਨੇ ਸਾਡੇ ਨਾਲ, ਮੁਕੱਦਰ ਜੀ ਬਠਿੰਡਾ ਤੋਂ, ਬਣਾਉਣੇ ਆ ਸਾਂਝ. ਸੋ ਮੁਕੱਦਰ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ. ਹਾਂਜੀ, ਸਤਿ ਸ਼੍ਰੀ ਅਕਾਲ ਜੀ. ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਮੁਕੱਦਰ ਜੀ. ਅੱਜ ਪ੍ਰੋਗਰਾਮ ਦੇ ਨਾਲ ਸਾਂਝ ਬਣੀ ਹੈ, ਕੀ ਲੈ ਕੇ ਆਏ ਹੋ ਸਾਡੇ ਪੂਰੇ ਪਰਿਵਾਰ ਦੇ ਨਾਲ ਸਾਂਝਾ ਕਰਨ ਦੇ ਲਈ, ਕੀ ਸੁਣਾਓਗੇ ਸਾਨੂੰ? ਤੁਹਾਡਾ ਧੰਨਵਾਦ ਜੀ ਕਿ ਤੁਸੀਂ ਬਹੁਤ ਸੋਹਣੇ ਸੋਹਣੇ ਗੱਲਾਂ ਦੱਸਦੇ ਜਿਹੜੇ ਆਪਣੇ ਚੈਨਲ ਦੇ ਥਰੂ ਜੀ, ਹੈ ਨਾ, ਬਹੁਤ ਮੋਟੀਵੇਟ ਕਰਦੀਆਂ ਗੱਲਾਂ ਇਹ ਜੀ. ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ. ਦੁਨੀਆਦਾਰੀ ਦੇ ਵਿੱਚ ਕਿੱਦਾਂ ਰਹਿਣਾ ਇਹ ਵੀ ਸਿੱਖਣ ਨੂੰ ਮਿਲਦਾ, ਕਿਉਂਕਿ ਅਸੀਂ ਰੋਜ਼ ਗੱਲਾਂ ਦਾ ਸੁਣਦੇ ਹਾਂ, ਰੋਜ਼ ਕੁਛ ਨਵਾਂ ਸਿੱਖਣ ਨੂੰ ਮਿਲਦਾ ਸਾਨੂੰ, ਰੋਜ਼ ਕੁਛ ਨਵੀਂ ਗਲਤੀ ਕਰ ਜਾਂਦੇ ਹਾਂ ਅਸੀਂ. ਬਿਲਕੁਲ 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 ਮੁਕੱਦਰ ਜੀ. ਸੋ ਕਹਿੰਦੇ ਕਿ ਜ਼ਿੰਦਗੀ ਹਮੇਸ਼ਾ ਸਿੱਖਣ ਦਾ ਨਾਮ ਹੈ. ਜ਼ਿੰਦਗੀ 'ਚ ਜਦੋਂ ਅਸੀਂ ਗੱਲਾਂ ਸਿੱਖਦੇ ਜਾਂਦੇ ਹਾਂ ਤਾਂ ਅਸੀਂ ਹੋਰ ਪਰਫੈਕਟ ਹੁੰਦੇ ਹਾਂ, ਪਰਪੱਕ ਹੁੰਦੇ ਹਾਂ, ਅਤੇ ਜ਼ਿੰਦਗੀ ਦੇ ਔਖੇ ਮਾੜੇ ਰਾਹਾਂ ਤੋਂ ਨਾ ਬਹੁਤ ਸੌਖੇ ਤਰੀਕੇ ਲੰਘ ਜਾਂਦੇ ਹਾਂ ਜਦੋਂ ਅਸੀਂ ਜ਼ਿੰਦਗੀ ਦੇ ਸਬਕਾਂ ਨੂੰ ਸਿੱਖਦੇ ਹਾਂ. ਅਤੇ ਜੇ ਅਸੀਂ ਸਬਕ ਸਿੱਖਣ ਤੋਂ ਜਿਹੜਾ ਉੱਕ ਜਾਂਦੇ ਹਾਂ ਜਾਂ ਦਰਕਿਨਾਰ ਕਰ ਜਾਂਦੇ ਹਾਂ ਕੁਝ ਗੱਲਾਂ ਨੂੰ, ਫਿਰ ਜ਼ਿੰਦਗੀ ਦੇ ਵਿੱਚ ਔਖੇ ਪਲ ਕਈ ਵਾਰ ਸਾਡੇ ਆਪਣੇ ਹੀ ਸਹੇੜੇ ਸਾਡੇ ਸਾਹਮਣੇ ਆ ਜਾਂਦੇ ਨੇ. ਬਿਲਕੁਲ ਜੀ, ਇਸੇ ਤਰ੍ਹਾਂ ਜ਼ਿੰਦਗੀ ਦੀ ਇੱਕ ਤਰਜਮਾਨੀ ਕਰਦਾ ਕਿਸ਼ੋਰ ਕੁਮਾਰ ਜੀ ਦਾ ਗੀਤ ਹੈ ਜੀ, ਉਹ ਤੁਹਾਡੇ ਨਾਲ ਸਾਂਝਾ ਕਰਦਾ ਜੀ. ਜ਼ਰੂਰ ਆ ਜਾਓ. ਕਦੀ ਸੋਚਤਾ ਹੂੰ ਕਿ ਮੈਂ ਕੁਛ ਕਹੂੰ, ਕਦੀ ਸੋਚਤਾ ਹੂੰ ਕਿ ਮੈਂ ਚੁੱਪ ਰਹੂੰ, ਆਦਮੀ ਜੋ ਕਹਿਤਾ ਹੈ ਆਦਮੀ ਜੋ ਸੁਨਤਾ ਹੈ, ਜ਼ਿੰਦਗੀ ਭਰ ਵੋ ਸਦਾਏ ਪੀਛਾ ਕਰਤੀ ਹੈ, ਆਦਮੀ ਜੋ ਕਹਿਤਾ ਹੈ ਆਦਮੀ ਜੋ ਸੁਨਤਾ ਹੈ, ਜ਼ਿੰਦਗੀ ਭਰ ਵੋ ਸਦਾਏ ਪੀਛਾ ਕਰਤੀ ਹੈ, ਆਦਮੀ ਜੋ ਦੇਤਾ ਹੈ ਆਦਮੀ ਜੋ ਲੇਤਾ ਹੈ, ਜ਼ਿੰਦਗੀ ਭਰ ਵੋ ਦੁਆਏ ਪੀਛਾ ਕਰਦੀ ਹੈ, ਕਭੀ ਕਭੀ ਮਨ ਭੂਖ ਕੇ ਕਾਰਨ ਤਰਸਤਾ ਹੈ, ਕਭੀ ਕਭੀ ਮਨ ਭੂਖ ਕੇ ਕਾਰਨ ਤਰਸਤਾ ਹੈ, ਕਭੀ ਕਭੀ ਫਿਰ ਝੂਮ ਕੇ ਸਾਵਨ ਬਰਸਤਾ ਹੈ, ਪਲਕ ਝਪਕੇ ਯਹਾਂ ਮੌਸਮ ਬਦਲ ਜਾਏ, ਪਿਆਸ ਕਦੇ ਮਿਟਤੀ ਨਹੀਂ ਇੱਕ ਬੂੰਦ ਵੀ ਮਿਲਦੀ ਨਹੀਂ,
और कभी जिम घटाएं पीछा करती है। आदमी जो कहता है, आदमी जो सुनता है, जिंदगी भर वो सताएं पीछा करती है। आदमी जो देता है, आदमी जो लेता है, जिंदगी भर वो दुआएं पीछा करती है। जिंदगी भर वो सदाएं पीछा करती है। थैंक यू जी। क्या बात है। सो मुकेदर जी, बहुत ही सोहनी तुहाडी आवाज़, बहुत सोहना अंदाज ते गीत बाकमाल तुसीं सुनाया। सो बिल्कुल जी, साडियां कहियां गल्लां, साडियां कीतियां होईयां गल्लां हमेशा जिंदगी भर साडा पिछा करदियां ने, ते उत्थे ही बहुत सारे लोग ने जिहड़े जिंदगी दे सफर च मिलदे ने, अपनियां छाप जिहड़ी है साडे दिलां ते गूढ़े रूप दे विच छड जांदे ने। कई चंगीआं छापां हुंदीआं ने ते कई बुरीआं वी हुंदीआं ने, कई डरा के रखण वाले अहसास वी साडे नाल जिंदगी च जुड़ जांदे ने, पर जिंदगी दा हर लम्हा कुछ ना कुछ सिखा के जरूर जांदा। सो बहुत बहुत शुक्रिया मुकद्दर जी, बहुत ही सोहणी आवाज़, सोहणे अंदाज दे विच तुसीं गीत जिहड़ा साडे नाल सांझा कीता, बहुत बहुत शुक्रिया। मुकद्दर जी ते इस वेले प्रोग्राम दे विच साडे नाल जुड़ चुके ने बलवंत जी सिरिए वाला तो। आओ फिर बलवंत जी होरां दे नाल बनाउणे आ सांझ, देखदे आ अज बलवंत जी की लैके आए ने अपने नाल खास साडे इस विड़े दीआं रौनकां नूं वधाउण दे वास्ते। ते उस बाद प्रोग्राम च साडे नाल बचित्र सिंह जी जुड़ चुके ने, ते अज कुछ ऑडियो मैसेजेस भी ने जिन्हां दी नाल नाल सांझ तुहाडे पाउंदे रहांगे, पर फिलहाल बलवंत जी सिरी वाला तो। सो बलवंत जी, बहुत बहुत स्वागत प्रोग्राम च। धन्नवाद भैन जी। जी धन्नवाद ते स्वागत बलवंत जी। रौनक विड़े दी सिलसिले दे विच ते विड़े दे विच लगियां रौनकां दे विच होर इजाफा करन दे लई तुहाडे नाल किहड़ा खास कला दा रंग पहुंचिआ? मैं लवा दिंदा जी अपनी हाजरी। दरवाजे भी खुल गए प्रोग्राम दे, ते तुसी आ भी गए साडे इस वेड़े दे विच, ते ला दो फिर साडे वेड़े च रौनकां। कहना तेरे प्यार दे आ गए लोड़े नी, मुंडा टोबे च मारे रोड़े नी। तेरे प्यार दे आ गए लोड़े नी, मुंडा टोबे च मारे रोड़े नी। नाल चार पांच कमले लाई फिरदा, वेख करता सदाई, रेडियो नु खजाना ही बनाई फिरदा, वेख करता सदाई। ओए होए होए होए, क्या बात है, क्या बात है बलवंत जी। सो बिल्कुल, मेनू लगता भी रेडियो वैसे है भी खजाना, जे हाँ, तो सीखना चाहिए तो बहुत कुछ सीख सकते हैं। हाँ जी, अक्सर असि आपका मेहनत मशक्कत का काम करते, जिते चार भरा रल के बैठते ने गल्लां चलदियां, ते ओना जिवें किसे दा विआह नहीं हुंदा सीगा, ते जदो परिवार च कोई गल करिया करे ते ओह कदे कदे यार ओह गल छेड़ो, ਵੀ ਉਹ ਗੱਲ ਛੇੜੋ ਵੀ ਉਹਨੂੰ ਦੂਜੀਆਂ ਚੰਗੀਆਂ ਗੱਲਾਂ ਨੀ। ਮੈਨੂੰ ਜਦੋਂ ਕੋਈ ਰਿਸ਼ਤੇਦਾਰ ਆਵੇ ਜਾਂ ਕਿਤੇ ਦੋ ਮਿੰਟ ਹੋਵੇ ਨਾ ਵੇਹ ਤੇ, ਤੇ ਮੈਂ ਇਹ ਚਰਚਾ ਕਰਦਾ, ਤੇ ਫਿਰ ਅਕਸਰ ਹੀ ਸਵਾਲ ਪੈਦਾ ਹੁੰਦਾ ਵੀ ਰੇਡੀਓ ਵਾਲੇ ਤੈਨੂੰ ਕੁਝ ਦਿੰਦੇ ਵੀ ਆ। ਮੈਂ ਕਹਿ ਦਿੰਦਾ ਯਾਰ ਮੈਨੂੰ ਬਹੁਤ ਕੁਛ ਮਿਲਿਆ, ਹੋਰ ਕਿਸੇ ਮਿਲਿਆ ਜਾਂ ਨਹੀਂ ਮਿਲਿਆ ਕੀ ਸਾਡੇ ਕੋਲੇ, ਅਸੀਂ ਇਹ ਮੈਂ ਇਹ ਸਮਝਦਾ ਵੀ ਜਿਹਦੇ ਕੋਲੇ ਗਿਆਨ ਆ ਨਾ ਉਹਦੇ ਕੋਲੇ ਬਹੁਤ ਵੱਡਾ ਖਜ਼ਾਨਾ। ਬਿਲਕੁਲ ਜੀ ਬਿਲਕੁਲ। ਸੋ ਗਿਆਨ ਜਿਹੜਾ ਸਭ ਤੋਂ ਜ਼ਰੂਰੀ ਹੈ। ਸੋ ਜੇ ਸਾਡੇ ਕੋਲੇ ਗਿਆਨ ਹੈ ਤਾਂ ਸਮਝੋ ਅਸੀਂ ਬਹੁਤ ਅਮੀਰ ਹਾਂ, ਕਿਉਂਕਿ ਗਿਆਨ ਦੇ ਨਾਲ ਹੀ ਨਾ ਖਜ਼ਾਨਾ ਜਿਹੜਾ ਕਮਾਇਆ ਜਾ ਸਕਦਾ। ਪਰ ਜੇ ਗਿਆਨ ਨਹੀਂ ਹੈ ਤਾਂ ਜਿਹੜਾ ਖਜ਼ਾਨਾ ਤੁਹਾਡੇ ਕੋਲ ਹੈ ਨਾ ਤੁਸੀਂ ਉਹਨੂੰ ਵੀ ਗਵਾ ਦੋਗੇ, ਉਹ ਵਿਅਰਥ ਆ ਫਿਰ। ਬਿਲਕੁਲ ਜੀ ਬਿਲਕੁਲ। ਸੋ ਦੇਖੋ ਜਿੰਨਾ ਕਿਸੇ ਕੋਲ ਗਿਆਨ ਆ ਤੇ ਸਮਝ ਲਓ ਉਹਦੇ ਕੋਲੇ ਦੂਜੇ ਨਾਲ 10 ਗੁਣਾ ਵੱਧ ਉਹਦੇ ਕੋਲੇ ਧਾਣਾ, ਕਿਉਂਕਿ ਗਿਆਨ ਤੋਂ ਬਿਨਾਂ ਸਾਰਾ ਕੁਝ ਅਧੂਰਾ ਹੈਗਾ। ਬਿਲਕੁਲ ਜੀ, ਗਿਆਨ ਵੀ ਉਹੋ ਹੀ ਚਾਹੀਦਾ ਜਿਹਨੂੰ ਕਦੇ ਜ਼ਿੰਦਗੀ ਦੇ ਵਰਤੋਂ ਵਿੱਚ ਲਿਆਂਦਾ ਜਾਵੇ। ਬਿਲਕੁਲ, ਜਿਵੇਂ ਭੱਠ ਪਿਆ ਸੋਣਾ ਜਿਹੜਾ ਕੰਨਾਂ ਨੂੰ ਖਾ ਜੇ ਉਹਦਾ ਫਿਰ ਕੀ ਫਾਇਦਾ। ਬਿਲਕੁਲ ਜੀ, ਜੇ ਕੋਲੇ ਗਿਆਨ ਹੈਗਾ ਤੇ ਉਹਦਾ ਇਸਤੇਮਾਲ ਕਰ ਲੈਣਾ ਚਾਹੀਦਾ, ਕੱਲਾ ਗਿਆਨ ਸੰਭਾਲ ਕੇ ਆਪਣੇ ਕੋਲ ਸੀਮਿਤ ਨਹੀਂ ਰੱਖਣਾ ਚਾਹੀਦਾ, ਕਿਉਂਕਿ ਗਿਆਨ ਕਦੇ ਚੋਰੀ ਨਹੀਂ ਹੁੰਦਾ, ਗਿਆਨ ਵੰਡੇ ਦੇ ਨਾਲ ਵੱਧ ਹੈ। ਜਵਾਨੀ ਦੀ ਸੋਹਣੀਏ ਮੁਬਾਰਕਾਂ ਨੀ ਤੈਨੂੰ, ਪਰ ਇੱਕ ਸ਼ਿਕਵਾਏ ਤੇਰੇ ਨਾਲ ਮੈਨੂੰ। ਜਵਾਨੀ ਦੀ ਸੋਹਣੀਏ ਮੁਬਾਰਕਾਂ ਨੀ ਤੈਨੂੰ, ਪਰ ਇੱਕ ਸ਼ਿਕਵਾਏ ਤੇਰੇ ਨਾਲ ਮੈਨੂੰ। ਹਵੇਲੀ ਵਾਲਿਆਂ ਦੇ ਮੁੰਡੇ ਨਾਲ ਕੱਲ ਹੱਟੀ ਉੱਤੇ ਹੱਸ ਹੱਸ ਰਹੀ ਕਿ ਤੂੰ ਗੱਲਾਂ ਮਾਰਨੀ। ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾਰੀ ਤੋੜ ਗਈ ਤੂੰ ਹੋ ਕੇ ਅੱਜ ਮੋਟੇ ਆਰਨੀ।
जवानी दिया सोनिया मुबारक नी तेनू यादगार मेरे नाल जांदी सी स्कूल पढ़ के स्कूल नित आउंदी सी पोछदा हुंदा सी जां मैं दोवां दियां फट्टियां ते उड़ा आड़ा उन्हां ते तू आउंदी सी मैनू तां नहीं आउंदा सी जां इल ते कुकड़ तू तां सारी क्लास विच होशियार नहीं प्राइमरी स्कूल वाले दिनां दी पुरानी यारी तोड़गी तू होखी अज मोतियार नहीं जवानी दियां सोहणियां मुबारकां नी तैनू याद काल दे बुढ़ी मां दे कोल आपां सुनते सब परियां दी बात नहीं और तेरी मम्मी मार हक सी बुलाउंदी हो जांदी सी अद्धे बहुती रात नी पर पूरी सुन के कहानी सी तू जांदी पर पूरी सुन के कहानी सी तू जांदी खानी पैंदी सी कि तैनू भला घरों मार नी प्राइमरी स्कूल वाले दिनां दी पुरानी यारी तोड़गी तू होखी अज मुटियार नी जवानी दियां सोहणियां मुबारकां नी तैनू याद काल वेरा बुढ़ी पिपली दे उत्ते चढ़िया सी पींग तेरी पौन नी डिगिया सी थले मैं ते टुटिया सी तां ते मैं डिगिया सी थले तू ता उच्ची उच्ची लग पी सी होण नी चुन्नी दे पले दे नाल कीती सी टकोर चुन्नी दे पले दे नाल कीती सी टकोर उदो इन्ना सी या तेरा मेरे नाल प्यार नी जवानी दियां सोहणियां मुबारकां नी तैनू चंगा भैन जी साडे नाल इधर डीजे लगे वे आ शुक्रिया प्रोग्राम नाल जुड़न दे लई सांझ बढ़ाउन दे लई सो बिलकुल जी एसन बलवंत जी देखो फिर अज डीजे दे नाल जड़ा कॉम्पीटिशन करके गए ने सो बिल्कुल जी और प्रोग्राम जो इस वेले साडे नाल जुड़ चुके ने जी साडे अगले स्रोते सो जो हैगे ने जी बचित्र सिंह जी ते नाल ही जगदीश राय गर्ग जी भी आ गए ने सो जगदीश जी बहुत जल्द थोड़े नाल सांझ बनावांगे ते एक नवो नंबर मेरे कोले शो हो रहा है जी 32 लास्ट दे विच सो बहुत जल्द थोड़ी कॉल भी जिहड़ी है कनैक्ट करांगे ते सरजीत जी बहरीन तो पिछे पिछे कॉल दे जरिए आ रहे ने ते सुनेहे भी मेरे कोले बहुत सारे ने सो जसवीर भलूरिया जी जिहड़े उन्हां दे वल्लों भी सुनेहा पहुंच गया जी कहिंदे आ रौनक विहड़े दी रौनक लगदी रहिंदी है चन्न परदेसी दे विहड़े चन्न परदेसी वंडदा है घर घर खुशियां खेड़े दीप लाइव शो दे विच शामिल होंदे ने जिहड़े खुश नसीब ने भलूरिया खंगूड़े रोमाणे बख्शी किंगरे ते खेड़े जसवीर सिंह भलूरिया सरी कैनेडा तो क्या बात है जसवीर जी सो देखिया जिन्हां नूं कलम चलाउणी आउंदी है ना इस तरीके दे नाल सोहणे सोहणे अल्फाज जिहड़े इक मिंट सकिंट दे विच सिरजे जांदे ने ते इह अल्फाज किसे दा दिल ना जित्तणे हो नहीं सकदा सो बहुत सोहणियां लाइनां जो तुसीं इस मंच ते सांझियां कीतियां सो नाल ही परमिंदर खहरा जी वी प्रोग्राम दे नाल जुड़ चुके ने टोरंटो कैनेडा तो सति श्री अकाल बुला रहे ने सो गाने जिहड़े नाल नाल सुन रहे ने जी ते कुछ गाने जिहड़े आ सोचण लई भी मजबूर कर दिंदे ने ते कुछ गाने जिहड़े आ यादां च वी लै जांदे ने सो बिल्कुल गाणियां दी यही खासियत रणजीत जी दुबई तो कह रहे जी पुराना गीत सुनाया सति श्री अकाल पूरे परिवार नूं इन्हां दे वल्लों भी पहुंच चुकी है सो जसविंदर जी जिहड़े आ उन्हां दे वल्लों भी प्रोग्राम दे विच सुनेहा पहुंच गया सो कह रहे लख रुपए की गल जिहड़ी आ बलवंत जी होरां ने कही है गगन जी कहिंदे मैनूं तां फिक्र पै गया कि डीजे वाला जिहड़ा हैगा है बलवंत जी नू कोटना देन कि साडा सोंग जड़ा उस तो उपर किवें जा रहा है सो नहीं नहीं अजिहा कुछ नहीं हुंदा ते फिलहाल इंदरजीत जी थाईलैंड बैंकॉक तो प्रोग्राम दे नाल जुड़ चुके ने सति श्री अकाल इन्हां दे वल्लों भी पहुंच गया अर्शदीप जी जयगढ़ तो प्रोग्राम नाल सांझ बना चुके ने ऑडियो भी पहुंची है ते जगदीश राय जी साडे नाल जुड़ चुके ने जगवंत खेड़ा जी जिहड़े उह भी प्रोग्राम नाल सांझ बना चुके ने एक रचना जिहड़ी आ जगवंत जी होरां वल्लों पहुंच चुकी है सो कह रहे हैं कि गगन जी अज मैं लाइव प्रोग्राम दे विच कॉल करके नहीं जुड़ पावांगा क्योंकि अज क्लास दे विच ने ते पर रचना जिहड़ी आ पहुंच गई है जिहदी सांझ मैं जरूर तुहाडे सारिआं दे नाल पाउणी आ सो नाल नाल रामजीत कंगूड़ा जी प्रोग्राम दे नाल जुड़े हुए ने सति श्री अकाल कह रहे ने सो तुहानूं वी सति श्री अकाल मनजिंदर बुट्टर जी वनीपैक तो प्रोग्राम दे नाल जुड़ चुके ने गगनदीप जी आप जी नूं सारे स्रोतियां नूं सति श्री अकाल साडे वल्लों सुमनप्रीत कौर जी पिंड वांदर तो आ गए ने जी प्रोग्राम दे विच साडे नाल सो कहिंदे इक आदत जिही पै गई आ तेरी जो याद आउण ते बहुत सताउंदी है किते तूं सानूं भुलणा जावी सजणा मेरी इहो सोच सोच के अख पर आउंदी है इहो सोच सोच के अख पर आउंदी है वाह जी वाह क्या बात है मनप्रीत जी जदों दिल दीआं तारां जुड़ियां होण ना अपने परिवारिक मैंबरां दे नाल दोस्तां नाल भैण भरावां दे नाल तां वाकई जी दूर होण दा विचार या दूर जाण दा विचार जिहड़ा ना अखां च पाणी लिया दिंदा सो नाल ही सतपाल किंगरा जी जिहड़े आ प्रोग्राम दे नाल जुड़ चुके ने सो कह रहे आ गगन जी अज जिहड़ा जिउणा
कि जे दुनिया ते सतिकार ना होवे ए गीत कहने मैं सांझा करना जरूर। सतपाल किंगरा जी सानू इंतजार, तुसी जरूर इस गीत नू लैके पहुंचो ते नाल ही बलजीत जी जेडे स्टटगार्ड तो प्रोग्राम दे नाल ते स्टटगार्ड शहर जेड़ा हैगा जर्मन दे विच है जी। सो की भेजे इन्हां ने ते आओ फिर पाउने आ सांझ। कहिंदे ना छेड़ कहानी दर्दां दी तत्थो दर्द वंडाया नहीं जाना, किंज लुटियां पत्तां धियां दियां इह दर्द सुनाया नहीं जाना, किंज दुध पुत रुल गए मिट्टी चों ओ जख्म दिखाया नहीं जाना, यह आजादी नहीं उजाड़ा सी साथों जशन मनाया नहीं जाना, साथों जशन मनाया नहीं जाना। सो नाली कह रहा जी गगन जी आई एम सिक लास्ट टू डेज आई एम सॉरी। सो बलजीत जी साडियां दुआवां ने कि तुसी बिल्कुल छेती तो छेती दुरुस्त हो, तंदुरुस्त हो ते साडे नाल सांझ बनाओ। सो सेहत तुहाडी जिहड़ी है छेती तो छेती बिल्कुल ठीक होवे, साडियां इह दुआवां तुहाडे नाल। वधिया लग्गिया कि तुसी सिक हो फिर भी तुसी इह साडे इस विड़े दे विच आए हो, सो साडे लई बड़ी माण वाली गल है, बहुत बहुत शुक्रिया। सो नाल ढेर सारियां दुआवां कि तुसी छेती छेती ठीक हो के इस परिवार दे विच आओ। अहमदगढ़ मंडी तो अनवर अंसारी जी साडे नाल जुड़ चुके ने, रमन वर्मा जी हनुमानगढ़ तो हमेशा दी तरह प्रोग्राम च आ चुके ने। अमन वर्मा, रमन वर्मा दी ਵਿਆਸ਼ ਵਰਮਾ, ਸਿਦਕ ਵਰਮਾ, ਡਾਕਟਰ ਮਦਨ ਲਾਲ ਵਰਮਾ ਤੇ ਸਾਰਾ ਵਰਮਾ ਪਰਿਵਾਰ ਨੇੜੇ ਬੱਸ ਸਟੈਂਡ ਪਿੰਡ ਬੁਰਜ ਹਨੁਮਾਨਗੜ੍ਹ ਡਿਸਟ੍ਰਿਕਟ ਫਾਜ਼ਿਲਕਾ ਤੋਂ। ਸਤਿਕਾਰਯੋਗ ਗਗਨ ਮੈਡਮ ਜੀ ਸਤਿ ਸ਼੍ਰੀ ਅਕਾਲ, ਕਬੂਲ ਕਰੋ ਹਮਾਰੀ ਜੀ। ਆਪ ਜੀ ਨੂੰ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਸਲਾਮ। ਸੋ ਨਾਲ ਹੀ ਦਰਸ਼ਨ ਸਿੰਘ ਜੀ ਪਿੰਡ ਕਿਸ਼ਨਪੁਰਾ ਹਨੁਮਾਨਗੜ੍ਹ ਤੋਂ ਪ੍ਰੋਗਰਾਮ ਦੇ ਨਾਲ, ਕ੍ਰਿਸ਼ਨ ਜੀ ਸਮਾਣਾ ਤੋਂ ਜੁੜ ਗਏ ਨੇ, ਬਲਵੀਰ ਬੱਬੀ ਜੀ ਵੀ ਪ੍ਰੋਗਰਾਮ 'ਚ ਆ ਚੁੱਕੇ ਨੇ, ਸੁਖਵਿੰਦਰ ਸੁੱਖਾ ਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ ਪਹੁੰਚ ਗਿਆ, ਕ੍ਰਿਸ਼ਨ ਜੀ ਲੁਧਿਆਣਾ ਤੋਂ, ਗਗਨ ਬੇਟਾ ਜੀ ਆਪ ਜੀ ਨੂੰ ਦੀਪਲਾਈ ਪਰਿਵਾਰ ਨੂੰ, ਬਹਿਰੀਨ ਤੋਂ ਠੰਡੀ ਠੰਡੀ ਮੀਂਹ ਵਾਲੀ ਸਤਿ ਸ਼੍ਰੀ ਅਕਾਲ ਸੁਣਦੇ ਹਾਂ ਜੀ। ਪ੍ਰੋਗਰਾਮ ਅਗਲੇ ਹਫ਼ਤੇ ਨੇੜੇ ਤੇੜੇ ਲੁਧਿਆਣਾ ਤੋਂ ਸੁਣਾਂਗੇ ਜੀ, ਕਿਆ ਬਾਤ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪੰਜਾਬ ਆ ਰਹੇ ਹੋ। ਰਾਜਵਿੰਦਰ ਸਿੰਘ ਕੁਹਾਰ ਜੀ ਜਰਮਨ ਤੋਂ ਪ੍ਰੋਗਰਾਮ ਦੇ ਨਾਲ ਹਮੇਸ਼ਾ ਜੁੜਦੇ ਨੇ ਅਤੇ ਅੱਜ ਵੀ ਬਹੁਤ ਸੋਹਣੇ ਫੁੱਲ ਇਹਨਾਂ ਦੇ ਨਾਲ ਪਹੁੰਚੇ ਨੇ ਜੀ, ਕਿਉਂਕਿ ਜਦੋਂ ਵੀ ਰਾਜਵਿੰਦਰ ਜੀ ਆਉਂਦੇ ਨੇ ਪ੍ਰੋਗਰਾਮ 'ਚ ਫੁੱਲਾਂ ਤੋਂ ਬਿਨਾਂ ਇਹ ਨਹੀਂ ਹੁੰਦੇ, ਸਾਡੇ ਵਿਹੜੇ ਨੂੰ ਮਹਿਕਾ ਦਿੰਦੇ ਨੇ ਸੋਹਣੇ ਸੋਹਣੇ ਫੁੱਲਾਂ ਦੇ ਨਾਲ, ਕਿਉਂਕਿ ਫੁੱਲਾਂ ਦੇ ਕਾਰੋਬਾਰ ਦੇ ਨਾਲ ਹੈਗੀ ਹੈ ਜੀ ਇਹਨਾਂ ਦੀ ਸਾਂਝ। ਸੋ ਸਤਿ ਸ਼੍ਰੀ ਅਕਾਲ ਗਗਨ ਮੈਡਮ ਜੀ, ਰਾਜਵਿੰਦਰ ਸਿੰਘ ਕੁਹਾਰ ਜਰਮਨ ਤੋਂ ਜੁੜ ਚੁੱਕੇ ਹਾਂ ਜੀ ਪ੍ਰੋਗਰਾਮ ਦੇ ਨਾਲ, ਅਸੀਂ ਰੌਣਕਾਂ ਫੁੱਲਾਂ ਦੀਆਂ ਲਾਉਣ ਲੱਗੇ ਹਾਂ ਜੀ। ਜੇ ਤੁਸੀਂ ਆਪਣੀ ਸੋਹਣੀ ਜਿਹੀ ਆਵਾਜ਼ ਦੇ ਨਾਲ ਲਾ ਦੇਵੋ ਰੌਣਕਾਂ, ਆ ਜਾਓ ਫਿਰ ਤੇ ਲਓ ਜੀ ਤੁਹਾਡੇ ਫੁੱਲ ਅਤੇ ਸਾਡੀ ਆਵਾਜ਼ ਆ ਗਈ ਇਸ ਪ੍ਰੋਗਰਾਮ ਦੇ ਵਿੱਚ ਅਤੇ ਰੌਣਕਾਂ ਲੱਗ ਗਈਆਂ ਨੇ। ਅਤੇ ਆਓ ਚੱਲੀਏ ਹੁਣ ਬਚਿੱਤਰ ਸਿੰਘ ਜੀ ਹੋਰਾਂ ਵੱਲ, ਜੋ ਇਸ ਵੇਲੇ ਕਾਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਉਸ ਤੋਂ ਬਾਅਦ ਜਗਦੀਸ਼ ਰਾਏ ਗਰਗ ਜੀ ਹੋਰਾਂ ਵੱਲ ਚੱਲਾਂਗੇ ਅਤੇ ਫਿਰ ਚੱਲਾਂਗੇ ਆਪਾਂ ਸੁਰਜੀਤ ਜੀ ਬਹਿਰੀਨ ਤੋਂ ਆ ਰਹੇ ਨੇ ਉਹਨਾਂ ਦੇ ਵੱਲ। ਸੋ ਬਹੁਤ ਬਹੁਤ ਸਵਾਗਤ ਬਚਿੱਤਰ ਸਿੰਘ ਜੀ ਪ੍ਰੋਗਰਾਮ 'ਚ। ਲੱਗਦਾ ਹੈ ਜੀ ਬਚਿੱਤਰ ਸਿੰਘ ਜੀ ਹੋਰਾਂ ਦੀ ਕਾਲ ਜਿਹੜੀ ਹੈ ਮੈਨੂੰ ਲੱਗਦਾ ਡਿਸਕਨੈਕਟ ਹੋ ਗਈ ਹੈ। ਖੈਰ ਕੋਈ ਗੱਲ ਨਹੀਂ, ਫਿਰ ਆਪਾਂ ਜਗਦੀਸ਼ ਰਾਏ ਗਰਗ ਜੀ ਹੋਰਾਂ ਵੱਲ ਚੱਲਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਬਚਿੱਤਰ ਸਿੰਘ ਜੀ ਹੋਰਾਂ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਜਗਦੀਸ਼ ਜੀ ਬਹੁਤ ਬਹੁਤ ਸਵਾਗਤ ਬੜੇ ਦਿਨਾਂ ਬਾਅਦ ਤੁਹਾਡਾ ਇਸ ਰੌਣਕ ਵੇੜੇ ਦੀ ਸਿਲਸਿਲੇ 'ਚ। ਨਮਸਕਾਰ ਗਗਨਦੀਪ ਜੀ, ਤੁਹਾਨੂੰ ਤੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਮੋਹ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਮੋਹ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਸਵਾਗਤ। ਅੱਜ ਜਗਦੀਸ਼ ਜੀ ਫਿਰ ਆਪਣੀ ਸੋਹਣੀ ਅਤੇ ਪਿਆਰੀ ਜਿਹੀ ਆਵਾਜ਼ 'ਚ ਕੀ ਲੈ ਕੇ ਪਹੁੰਚੇ ਹੋ, ਕਿਉਂਕਿ ਬਿਲਕੁਲ ਸੁਰਾਂ ਜਿਹੜੀਆਂ ਤੁਹਾਡੀਆਂ ਨੇ ਕਮਾਲ ਦੀਆਂ ਹੁੰਦੀਆਂ ਨੇ, ਗੀਤ ਸੰਗੀਤ ਦੀ ਸਾਂਝ ਤੁਹਾਡੀ ਬਹੁਤ ਗੂੜੀ ਹੈ ਬਾਖੂਬੀ ਅਸੀਂ ਜਾਣਦੇ ਹਾਂ, ਅਤੇ ਅੱਜ ਕੀ ਸੁਣਾਓਗੇ ਫਿਰ ਸਾਡੇ ਇਸ ਵਿਹੜੇ ਦੇ ਵਿੱਚ ਬੈਠੇ ਪੂਰੇ ਪਰਿਵਾਰ ਨੂੰ ਜੋ ਰੌਣਕਾਂ ਦਾ ਆਨੰਦ ਮਾਣ ਰਿਹਾ? ਬਿਲਕੁਲ ਜੀ ਬਿਲਕੁਲ, ਦੋਸਤਾਂ ਨੂੰ ਸੁਣਾਵਾਂਗੇ ਬਹੁਤ ਪਿਆਰਾ ਗੀਤ ਇੱਕ, ਤੇ ਇਹ ਪ੍ਰੋਗਰਾਮ ਦੀ ਤਾਂਘ ਖਿੱਚ ਮੈਨੂੰ ਇੰਨੀ ਬਣੀ ਰਹੀ ਕਿ ਮੈਂ ਪਹਿਲਾਂ ਬਹੁਤ ਲੇਟ ਹੋ ਜਾਂਦਾ ਸੀ ਪ੍ਰੋਗਰਾਮ ਤੇ, ਫਿਰ ਮੈਂ ਸੋਚਦਾ ਵੀ ਆਪਣੀ ਨੀਂਦ ਦੀ ਕੁਰਬਾਨੀ ਮੈਂ ਇੰਨੀ ਨਹੀਂ ਕਰ ਸਕਦਾ ਸੀਗਾ ਜੀ, ਪਰ ਹੁਣ ਕੁਝ ਥੋੜਾ ਥੋੜਾ ਜਿਵੇਂ ਕਹਿੰਦੇ ਦੋ ਕਦਮ ਤੁਮ ਵੀ ਚਲੋ ਦੋ ਕਦਮ ਹਮ ਵੀ ਚਲੇ, ਤੇ ਥੋੜਾ ਜਿਹਾ ਮੈਂ ਕੋਸ਼ਿਸ਼ ਕੀਤੀ ਤੇ ਥੋੜਾ ਜਿਹਾ ਪ੍ਰੋਗਰਾਮ ਦਾ ਟਾਈਮ ਵੀ ਹੁਣ ਠੀਕ ਜਿਹਾ ਹੋ ਗਿਆ ਹੈਗਾ, ਦਿਨ ਵੀ ਵੱਡੇ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਮੈਨੂੰ ਮਤਲਬ ਹਿੱਸਾ ਲੈਣਾ ਥੋੜਾ ਜਿਹਾ ਆਸਾਨ ਹੋ ਗਿਆ ਹੈ। ਵਾਹ ਜੀ ਵਾਹ, ਸੋ ਬਿਲਕੁਲ ਜਗਦੀਸ਼ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ, ਸੋ ਕਿ ਆਉਣ ਵਾਲੇ ਦਿਨਾਂ 'ਚ ਹੁਣ ਅਸੀਂ ਤੁਹਾਡੀ ਆਵਾਜ਼ ਸਾਡੇ ਇਸ ਵਿਹੜੇ ਦੇ ਵਿੱਚ ਸੁਣਦੇ ਰਹਾਂਗੇ। ਬਿਲਕੁਲ ਬਿਲਕੁਲ, ਦੋਸਤਾਂ ਨੂੰ ਮੇਰੀ ਆਵਾਜ਼ ਸੁਣਨ ਨੂੰ ਮਿਲਦੀ ਰਹੇਗੀ ਔਰ ਮੈਨੂੰ ਵੀ ਜਿਹੜਾ ਕਿ ਇੱਕ ਖੁਸ਼ੀ ਮਿਲਦੀ ਹੈ ਉਹਨਾਂ ਨਾਲ ਕੁਛ ਸਾਂਝਾ ਕਰਕੇ, ਉਹ ਮੈਂ ਵੀ ਉਸ ਖੁਸ਼ੀ ਨੂੰ ਹਾਸਲ ਕਰਦਾ ਰਹਾਂਗਾ। ਵਾਹ ਜੀ ਵਾਹ, ਕਿਆ ਬਾਤ ਹੈ, ਆ ਜਾਓ ਫਿਰ ਅੱਜ ਕਿਹੜਾ ਖਜ਼ਾਨਾ ਤੁਹਾਡੇ ਕੋਲ, ਪਾਈਏ ਸਾਂਝ। ਹਾਂਜੀ ਗਗਨ ਜੀ, ਬਸ ਮੇਰਾ ਗੀਤ ਘੱਟੋ ਘੱਟ ਅੱਧੀ ਸਦੀ ਤੋਂ ਵੱਧ ਪੁਰਾਣਾ ਹੁੰਦਾ ਹੈਗਾ, ਤੋ ਅੱਜ ਇੱਕ ਮੁਕੇਸ਼ ਜੀ ਦਾ ਗੀਤ ਹੈ 1971 ਦੀ ਫਿਲਮ ਉਪਹਾਰ ਦਾ, ਬਹੁਤ ਹੀ ਮਧੁਰ ਗੀਤ, ਉਹ ਮੈਂ ਸਾਂਝਾ ਕਰਨ ਲੱਗਿਆ ਜੀ। ਜ਼ਰੂਰ ਆ ਜਾਓ।
माजी नैया ढूंढे किनारा, माजी नैया ढूंढे किनारा, किसी न किसी की खोज में है ये जग सारा। माजी नैया ढूंढे किनारा, कभी न कभी तो समझोगे तुम जे इशारा। माजी नैया ढूंढे किनारा, ऐसी कोई मौज नहीं जिसको कोई खोज नहीं, ऐसी कोई मौज नहीं जिसको कोई खोज नहीं। ओहो, कोई न कोई तो हर किसी को लगता है प्यारा। माजी नैया ढूंढे किनारा, माजी नैया ढूंढे किनारा, जीवन पथ पर चलते हुए एक दिन थक कर चलते हुए, जीवन पथ पर चलते हुए एक दिन थक कर चलते हुए, ओहो कहीं न कहीं मैं थाम लूंगा आंचल तुम्हारा। माजी नैया ढूंढे किनारा, माजी नैया ढूंढे किनारा, जैसे सीता राम मिले, जैसे राधा श्याम मिले, जैसे सीता राम मिले, जैसे राधा श्याम मिले, ओहो कभी न कभी तो मिलन होगा तुमसे हमारा। माजी नैया ढूंढे किनारा, माजी नैया ढूंढे किनारा। वाह जी वाह, क्या बात है जगदीश जी। सो आनंद आ गया थोड़ी आवाज़ नूं सुन के। सो बहुत ही सोहना गीत जो इस मंच से तुसी साडे नाल सांझा कीता, बहुत वधिया लग्या। तो बहुत सारे साडे स्रोते ने जो तुहाडे लई बहुत सारे स्नेहे जिहड़े आ भेज रहे ने, जिन्हां दे विच रामजीत खंगूड़ा जी कह रहे हैं वाह जी वाह गर्ग साहब क्या बात है बहुत सोहना गीत। मनप्रीत जी वॉलवरहैम्पटन तो कह रहे ने जगदीश जी बहुत ही सोहने गीत की जिहड़ी है सांझ तुसी पाई है जी सारिआं दे नाल। ते नाल ही जिहड़ा अगला जिहड़ा स्नेहा साडे कोल पहुंच चुकिया। सो यह सुनेहा जिहड़ा आया जी साडे कोल प्रीतेंद्र जी वालों जर्मनी के लेयर शहर तो। सो प्रीतेंद्र जी भी कह रहे हैं कि जगदीश जी उन्होंने बहुत ही सोहना गीत सुनाया। सो बहुत बहुत शुक्रिया जगदीश जी प्रोग्राम नाल जुड़न दे लई, इस मंच ते आउण दे लई। शुक्रिया गगनदीप जी मेरे वालों भी, और जिन्हां ने भी दोस्तां ने पसंद किया और जिन्हां ने भी सुनिया सारिआं दा मैं बहुत शुक्रगुजार जी। बहुत बहुत शुक्रिया प्रोग्राम नाल जुड़न दे लई, सांझ बनाउण दे लई, इस मंच ते
ਆਉਣ ਦੇ ਲਈ। ਸੋ ਬਿਲਕੁਲ ਜੀ, ਇਹ ਸਨ ਜਗਦੀਸ਼ ਰਾਏ ਗਰਗ ਜੀ, ਔਰ ਹੁਣ ਇਸ ਵੇਲੇ ਸੁਰਜੀਤ ਜੀ ਬਹਿਰੀਨ ਤੋਂ ਜੁੜ ਚੁੱਕੇ ਨੇ ਸਾਡੇ ਨਾਲ, ਪਿੱਛੇ ਪਿੱਛੇ ਰਣਦੀਪ ਕੌਰ ਕੰਗੂੜਾ ਜੀ ਵੀ ਆ ਰਹੇ ਨੇ ਬਹੁਤ ਜਲਦ। ਰਣਦੀਪ ਜੀ ਤੁਹਾਡੇ ਨਾਲ ਵੀ ਸਾਂਝ ਬਣਾਵਾਂਗੇ। ਇੱਕ ਹੋਰ ਨਵਾਂ ਨੰਬਰ 739 ਲਾਸਟ ਦੇ ਵਿੱਚ ਆ ਰਿਹਾ ਜੀ, ਇਹ ਨੰਬਰ ਵੀ ਸਾਡੇ ਨਾਲ ਜੁੜ ਗਿਆ। ਬਹੁਤ ਜਲਦ ਤੁਹਾਡੇ ਵੱਲ ਵੀ ਆਵਾਂਗੇ, ਪਰ ਇਸ ਵੇਲੇ ਸੁਰਜੀਤ ਜੀ ਬਹਿਰੀਨ ਤੋਂ ਜੁੜੇ ਨੇ, ਬਚਿੱਤਰ ਸਿੰਘ ਜੀ ਵੀ ਪਿੱਛੇ ਪਿੱਛੇ ਆ ਰਹੇ ਨੇ, ਬਹੁਤ ਜਲਦ ਤੁਹਾਡੇ ਨਾਲ ਸਾਂਝ ਬਣਾਉਣੇ ਆ। ਪਰ ਫਿਲਹਾਲ ਚੱਲਦੇ ਹਾਂ ਜੀ ਸੁਰਜੀਤ ਜੀ ਉਹਨਾਂ ਵੱਲ ਜੋ ਬਹਿਰੀਨ ਤੋਂ ਇਸ ਵੇਲੇ ਸਾਡੇ ਨਾਲ ਨੇ। ਤੋ ਆਓ ਚਲੀਏ ਦੇਖੀ ਕਿਹੜੀਆਂ ਸੰਗੀਤਕ ਧੁਨਾਂ ਦੇ ਵਿੱਚ ਅੱਜ ਸ਼ਬਦਾਂ ਨੂੰ ਸਜਾ ਕੇ ਪਹੁੰਚੇ ਨੇ ਤੇ ਕੀ ਸੁਣਾਉਣਗੇ ਸਾਨੂੰ ਸਾਰਿਆਂ ਨੂੰ। ਸੁਰਜੀਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਗਗਨ ਜੀ ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਬਹੁਤ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ, ਤੇ ਅਸੀਂ ਵੀ ਥੋੜਾ ਜਿਹਾ ਰੋ ਲੈਂਦੇ ਹਾਂ ਤੇ ਵੈਸੇ ਗਿਆਨ ਸੀ। ਮੈਂ ਤੁਹਾਨੂੰ ਪਹਿਲੇ ਪੁੱਛਣ ਵਾਲੀ ਸੀ ਵੀ ਅੱਜ ਸੁੱਖ ਨਾਲ ਢੋਲ ਢਮੱਕੇ ਵਾਲਾ ਗੀਤ ਹੈ ਜਾਂ ਫੇਰ ਸਾਨੂੰ ਹੱਥਾਂ ਚ ਰੁਮਾਲਾਂ ਚੱਕਣੀਆਂ ਪੈਣੀਆਂ। ਹੱਥਾਂ ਜਿਹਾ ਵਿਚਾਰਾ ਨਾ, ਮੇਰੇ ਕੋਲ ਜ਼ਿਆਦਾਤਰ ਸੈਡ ਸੌਂਗ ਹੀ ਆ, ਪਰ ਉੱਦਾਂ ਆਪਾਂ ਨੂੰ ਕੋਈ ਦੁੱਖ ਦੱਖ ਹੈ ਨਹੀਂ ਆ, ਇੰਨਾ ਮੈਂ ਖੁਸ਼ ਹੀ ਆ। ਇਹ ਉੱਦਾਂ ਮੈਨੂੰ ਗਾਣਾ ਪਸੰਦ ਵਾ, ਸੈਡ ਵਧੀਆ। ਵੈਸੇ ਇੱਕ ਗੱਲ ਹੈ, ਸਾਡੇ ਕੋਲ ਸੈਡ ਸੈਡ ਸੌਂਗ ਜਿਹੜੇ ਦਿਲ ਨੂੰ ਜੁੜਦੇ ਹੁੰਦੇ ਆ ਜਾਂ ਦਿਲ ਨੂੰ ਲੱਗੇ ਹੁੰਦੇ ਆ, ਔਖਾ ਚ ਹੰਝੂ ਲਿਆ ਦਿੰਦੇ ਨੇ। ਚਲੋ ਉਹ ਜਵਾਨੀ ਵੇਲੇ ਸੀਗੇ, ਹੁਣ ਤਾਂ ਖੈਰ ਨਹੀਂ। ਮੈਂ ਗੀਤ ਸੁਣਾਉਂਦਾ ਜੀ, ਤੇ ਬਾਕੀ ਗਿਆਨ ਭਾਜੀ ਸਾਡੇ ਕੋਲ ਹੈਗੇ ਆ ਨਾ ਰੇਡੀਓ ਵਾਲਿਆਂ ਨੂੰ, ਚਲੋ ਇਹਦਾ ਫਾਇਦਾ ਗਿਆਨ ਜੀ ਸਾਡੇ ਕੋਲ ਹੈਗੇ ਆ, ਇਸ ਕਰਕੇ ਸਾਰੇ ਖੁਸ਼ ਵਾ। ਗਿਆਨ ਗੁਲਾਟੀ ਜੀ ਹੈਗੇ ਆ ਨਾ ਆਪਣੇ ਕੋਲ, ਇਸ ਕਰਕੇ ਗਿਆਨ ਸਾਡੇ ਕੋਲ ਹੈਗਾ। ਚਲੋ ਮੈਂ ਸੁਣਾਉਂਦਾ ਗੀਤ। ਹੌਂਕੇ ਹੰਝੂ ਹਵਾ ਵਿੱਚ, ਹੌਂਕੇ ਹੰਝੂ ਹਵਾ ਵਿੱਚ, ਰੋਣ ਕਿਰੇ ਲਾਉਣ ਦੀ, ਹੌਂਕੇ ਹੰਝੂ ਹਵਾ ਵਿੱਚ, ਰੋਣ ਕਿਰੇ ਲਾਉਣ ਦੀ, ਇਹੀ ਤੇਰੀ ਸਜਾਏ ਸ਼ਦਾਈਆਂ ਅੱਖਾਂ ਲਾਉਣ ਦੀ, ਇਹੀ ਤੇਰੀ ਸਜਾ ਸ਼ਦਾਈਆਂ ਅੱਖਾਂ ਲਾਉਣ ਦੀ। ਹੋ ਕੇ ਮੋਮ ਲਾਈ ਬੈਠਾ ਹਾਏ ਅੱਗੇ ਨਾਲ ਯਾਰੀਆਂ, ਬਹਿ ਜੇਗਾ ਗਵਾ ਕੇ ਰੀਜਾਂ, ਹਾਏ ਦਿਲ ਦੀਆਂ ਸਾਰੀਆਂ। ਹੋ ਕੇ ਮੋਮ ਲਾਈ ਬੈਠਾ ਅੱਗੇ ਨਾਲ ਯਾਰੀਆਂ, ਬਹਿ ਜੇਗਾ ਗਵਾ ਕੇ ਰੀਜਾਂ, ਹਾਏ ਦਿਲ ਦੀਆਂ ਸਾਰੀਆਂ। ਪਿਆਰ ਦੀ ਤਾਰੀਕ ਹੁੰਦੀ ਤੁਰੋਂ ਹੀ ਲਿਖਾਉਣ ਦੀ, ਇਹੀ ਤੇਰੀ ਸਜਾਏ ਸ਼ਦਾਈਆਂ ਅੱਖਾਂ ਲਾਉਣ ਦੀ, ਇਹੀ ਤੇਰੀ ਸਜਾ ਸ਼ਦਾਈਆਂ ਅੱਖਾਂ ਲਾਉਣ ਦੀ। ਇਸ਼ਕ ਬਪਾਰਾਂ ਵਿੱਚ ਹਾਏ ਸੌਦੇ ਹੁੰਦੇ ਜਾਣਦੇ, ਕੁਝ ਵੀ ਨੀ ਪੈਂਦਾ ਪੱਲੇ, ਹਾਏ ਦਿਲੋਂ ਬੇਈਮਾਨ ਦੇ, ਕੁਝ ਵੀ ਨੀ ਪੈਂਦਾ ਪੱਲੇ, ਹਾਏ ਦਿਲੋਂ ਬੇਈਮਾਨ ਦੇ। ਤਾਂ ਵੀ ਦਿਲਾ ਆਸ ਰੱਖੀ ਨਫਾ ਕਮਾਉਣ ਦੀ, ਇਹੀ ਤੇਰੀ ਸਜਾਏ ਸ਼ਦਾਈਆਂ ਅੱਖਾਂ ਲਾਉਣ ਦੀ, ਇਹੀ ਤੇਰੀ ਸਜਾ ਸ਼ਦਾਈਆਂ ਅੱਖਾਂ ਲਾਉਣ ਦੀ। ਸੈਂਦਾ ਬਾਂਦੀ ਬਿੰਦੀ ਕਿਨੂੰ ਹਾਏ ਗੀਤਾਂ ਵਿੱਚੋਂ ਲੱਭਦਾ, ਪਿਆਰ ਕਹਾਣੀ ਕਿਹਦੀ ਹਾਏ ਅੱਖੀਰਾਂ ਚ ਦੱਬਦੇ, ਪਿਆਰ ਕਹਾਣੀ ਕਿਹਦੀ ਹਾਏ ਅੱਖੀਰਾਂ ਚ ਲੱਭਦੇ। ਫੱਤੂ ਤਲਵੰਡੀ ਕੁਲਵੀਰ ਨੂੰ ਗਵਾਉਣ ਦੀ, ਇਹੀ ਤੇਰੀ ਸਜਾਏ ਸ਼ਦਾਈਆਂ ਅੱਖਾਂ ਲਾਉਣ ਦੀ, ਇਹੀ ਤੇਰੀ ਸਜਾ ਸ਼ਦਾਈਆਂ ਅੱਖਾਂ ਲਾਉਣ ਦੀ।
वाह क्या बात, शुक्रिया। क्या बात है। सो सुरजीत जी बहुत सोहना गीत जरा तुम सुनाया, सो बहुत वधिया लग्या, आवाज़ हमेशा की तरह थोड़ी बा कमाल, तो बहुत बहुत शुक्रिया प्रोग्राम नाल जुड़न दे लई, सांझ बनाउन दे लई, इस मंच ते आउन दे लई। सो बिल्कुल जी, ये सन सुरजीत जी जो बहरीन तो इस वेले साढ़े नाल जुड़े सी, ते हुण अगले कॉलर जिहड़े इस वेले साढ़े नाल जुड़ चुके ने, सांझ बना चुके ने, पर मैनूं लगता है जी उन्हां दी कॉल डिसकनैक्ट हो चुकी है। खैर कोई गल नहीं, इस वेले फिर साढ़े नाल जुड़ गए ने रणदीप खंगूड़ा जी, आओ फिर इन्हां दे वल चलदे हां, देखदे हां रणदीप जी अज की लैके पहुंचे ने, किहड़ी खास चीज़ है जी अज इन्हां दे कोल जिहड़ी साढ़े इस वेले दीआं रौनकां नूं होर वधाउण वाली है। चलिए सर रणदीप जी, बहुत बहुत स्वागत प्रोग्राम च। ਸ਼ੁਕਰੀਆ ਭੈਣੇ, ਧੰਨਵਾਦ। ਮੈਂ ਕਾਫੀ ਦੇਰ ਬਾਅਦ ਆਈ ਅੱਜ ਲੱਗਦਾ। ਮੈਂ ਪੁੱਛਣ ਵਾਲੀ ਸੀ ਤੁਹਾਨੂੰ, ਤੁਸੀਂ ਪਹਿਲੇ ਦੱਸਦਾ ਵੀ ਖੈਰ ਸੁਖ ਰਾਜੀ ਬਾਜੀ, ਖਾਸੇ ਦਿਨ ਜਿਹੜੇ ਤੁਸੀਂ ਸਾਡੇ ਵਿਹੜੇ ਦੀਆਂ ਰੌਣਕਾਂ ਨੂੰ ਵਧਾਇਆ ਨਹੀਂ। ਨਹੀਂ ਅੱਜ ਤਾਂ ਇਹ ਲੱਗਦਾ ਸੀ ਵੀ ਚੱਲ ਬਸੂਗੀ। ਓਏ ਹੋਏ, ਸਿਹਤ ਠੀਕ ਹੈ? ਅਚਾਨਕ ਹੀ ਪਤਾ ਨਹੀਂ ਕੀ ਹੋਇਆ, ਮੈਨੂੰ ਹੱਥੂ ਆ ਗਿਆ, ਮੈਨੂੰ ਤਾਂ ਸਾਈ ਨਹੀਂ ਆਇਆ ਕਿੰਨਾ ਟਾਈਮ ਜਾਣੋ ਐ ਲੱਗਿਆ। ਤੇ ਹੁਣ ਠੀਕ ਹੋ? ਹੁਣ ਵੈਸੇ ਠੀਕ ਆ, ਨੋਰਮਲ। ਹਾਂ ਹੁਣ ਠੀਕ। ਚਲੋ ਸ਼ੁਕਰ ਹੈ। ਤੇ ਬਿਲਕੁਲ ਤੁਸੀਂ ਐਵੇਂ ਰਹੋ, ਹੱਸਦੇ ਖੇਡਦੇ ਤੇ ਚੰਗੇ ਲੱਗਦੇ ਹੋ। ਤੇ ਫਿਰ ਅੱਜ ਕੀ ਸੁਣਾ ਰਹੇ ਹੋ ਸਾਨੂੰ? ਚਲੋ ਅੱਜ ਮੈਂ ਇੱਕ ਡਰਾਈਵਰ ਦੀ ਗੱਲਬਾਤ ਸੁਣੀ ਸੀ। ਬਾਈ ਦੀ ਡਰਾਈਵਰ ਸੀ ਆਪਣਾ, ਬਾਰੇ ਮੁੰਡੇ ਜਿਹੜੇ ਡਰਾਈਵਿੰਗ ਕਰਦੇ ਨੇ। ਕਹਿੰਦੇ ਵੀ ਇੱਕ ਬਾਪੂ ਆਇਆ ਹਨਾ, ਉਹਨਾਂ ਨੂੰ ਮਿਲਿਆ। ਉਹ ਕਹਿੰਦਾ ਵੀ ਪੁੱਤ ਮੈਨੂੰ ਇੱਕ ਗੁਰਦੁਆਰੇ ਵੀ ਮੈਨੂੰ ਬਿਠਾ ਕੇ ਲੈ ਜਾ, ਗੁਰਦੁਆਰਾ ਸਾਹਿਬ ਲਾ ਦੂ। ਚਲੋ ਉਹਨਾਂ ਨੇ ਬਿਠਾ ਲਿਆ ਵੀ ਆਜੋ ਬਾਪੂ ਜੀ ਰਸਤੇ ਚ ਆਊਗਾ, ਮੈਂ ਤੁਹਾਨੂੰ ਲਾ ਦੂੰਗਾ ਗੁਰਦੁਆਰਾ ਸਾਹਿਬ। ਉਹ ਕਹਿੰਦਾ ਵੀ ਪਿਛਲੇ ਸਾਲ ਮੈਨੂੰ ਮੁੰਡਾ ਲੈ ਕੇ ਆਇਆ ਕਮਾਉਣ ਵਾਸਤੇ, ਮੇਰਾ ਬੇਟਾ ਉਹ ਜੀ, ਮੈਨੂੰ ਵਧੀਆ ਰੱਖਿਆ ਉਹਨਾਂ ਨੇ। ਅਗਲੇ ਸਾਲ ਕਹਿੰਦਾ ਮੇਰੇ ਨਾਲ ਹੀ ਚਲੇ ਗਏ, ਸਾਲ ਹੋ ਗਿਆ। ਕਹਿੰਦਾ ਸੀ ਫਿਰ ਇੱਥੇ ਮੈਂ ਮਹੀਨਾ ਵੀਹ ਦਿਨ ਵਧੀਆ ਰਿਹਾ, ਇਹਨਾਂ ਨੇ ਮੇਰਾ ਬਹੁਤ ਕਰਿਆ ਹੱਦੋਂ ਵੱਧ। ਕਹਿੰਦਾ ਮੈਨੂੰ ਨਾਲ ਲੈ ਗਏ ਉੱਥੇ, ਮੇਰਾ ਸਾਰਾ ਕੁਛ ਬਕਿਆਤਾ, ਓਏ ਹੋਏ, ਜ਼ਮੀਨ ਵੀ ਵੇਚਤੀ, ਘਰ ਵੀ ਵੇਚਤਾ, ਵੀ ਉਰੇ ਕੀ ਕਰਨਾ ਆਪਾਂ, ਉੱਥੇ ਰਹਾਂਗੇ। ਕਹਿੰਦੇ ਮੈਂ ਵਾਪਸ ਆ ਗਏ ਅਭੀ, ਫਿਰ ਮੈਨੂੰ ਨਾਲ ਲੈ ਕੇ ਆ ਗਏ, ਪਰ ਮੈਨੂੰ ਬੁਲਾ ਲਿਆ ਉਹਨਾਂ ਨੇ। ਕਹਿੰਦਾ ਮੈਨੂੰ ਰਸਤੇ ਚ ਫੋਨ ਆ ਗਿਆ ਏਅਰਪੋਰਟ ਤੇ ਵੀ ਤੂੰ ਬਾਪੂ ਮੇਰੇ ਨਾਲ ਉਹ ਗੋਰੀ ਮੰਨਦੀ ਨੀ, ਤੂੰ ਆਪਦਾ ਜਿੱਥੇ ਮਰਜ਼ੀ ਰਹਿ, ਵੀ ਮੈਂ ਇਹ ਘਰ ਚ ਨੀ ਆਉਣ ਦੇਣੀ, ਉਹਨਾਂ ਨੇ ਘਰ ਉੱਥੇ ਲੈ ਲਿਆ ਹੋਊਗਾ। ਕਿਉਂਕਿ ਹਰ ਇੱਕ ਮੁੰਡਾ ਇਹੀ ਕਹਿੰਦਾ ਵੀ ਆਪਾਂ ਇੱਥੇ ਵੇਚ ਕੇ ਘਰ ਉੱਥੇ ਲਵਾਂਗੇ, ਬਿਲਕੁਲ ਆਪਾਂ ਸਾਰਿਆਂ ਨੂੰ ਉੱਥੇ ਸ਼ਿਫਟ ਹੋ ਜਾਣਾ, ਫਿਰ ਉੱਥੇ ਆਪਾਂ ਨੂੰ ਕਿਵੇਂ ਰੱਖਣਗੇ, ਆਪਣੇ ਤੇ ਡਿਪੈਂਡ ਕਰਦਾ। ਵੀ ਆਪਾਂ ਜਾਈਏ ਬੱਚਿਆਂ ਦੇ ਮਗਰ ਆਪਾਂ ਲੱਗਣਾ ਕਿ ਬੱਚਿਆਂ ਨੂੰ ਆਪਣੇ ਮਗਰ ਲਾਉਣਾ ਆਪਾਂ ਨੇ ਜੀ, ਬਿਲਕੁਲ। ਇਹ ਇਹੀ ਹੀ ਹੈ ਇੱਕ, ਮੈਨੂੰ ਅੱਜ ਵਧੀਆ ਮਿਲਿਆ, ਮੈਂ ਉਹ ਗਾਉਣੀ ਅੱਜ ਕਹਿੰਦੀ। ਹਾਂਜੀ। ਆਈ ਲਾਡਲੇ ਦੀ ਲੰਡਨ ਤੋਂ ਕਾਲ ਸੀ, ਅੱਡੀ ਲੱਗਦੀ ਨਾ ਧਰਤੀ ਦੇ ਨਾਲ ਸੀ। ਆਈ ਲਾਡਲੇ ਦੀ ਲੰਡਨ ਤੋਂ ਕਾਲ ਸੀ, ਅੱਡੀ ਲੱਗਦੀ ਨਾ ਧਰਤੀ ਦੇ ਨਾਲ ਸੀ। ਤੈਨੂੰ ਬਾਹਰ ਦੀ ਮੈਂ ਸੈਰ ਕਰਾਉਣੀ, ਤੂੰ ਕਰ ਲੈ ਤਿਆਰੀ ਅੰਮੀਏ। ਤੈਨੂੰ ਪਰੀਆਂ ਦਾ ਦੇਸ ਦਿਖਾਉਣਾ, ਮੈਂ ਮਨ ਵਿੱਚ ਤਾਰੀ ਅੰਮੀਏ। ਤੈਨੂੰ ਪਰੀਆਂ ਦਾ ਦੇਸ ਦਿਖਾਉਣਾ, ਮੈਂ ਮਨ ਵਿੱਚ ਤਾਰੀ ਅੰਮੀਏ। ਮਾਂ ਚਾਵਾਂ ਨਾਲ ਫੁੱਲੀ ਨਾ ਸਮਾਮਦੀ, ਸਾਰੇ ਪਿੰਡ ਤਾਈ ਖਬਰ ਸੁਣਾਮਦੀ। ਮਾਂ ਚਾਵਾਂ ਨਾਲ ਫੁੱਲੀ ਨਾ ਸਮਾਮਦੀ, ਸਾਰੇ ਪਿੰਡ ਤਾਈ ਖਬਰ ਸੁਣਾਮਦੀ। ਕਹੇ ਸਰਬਣ, ਕਹੇ ਸਰਬਣ ਦੇ ਰੂਪ ਵਿੱਚ ਆ ਗਿਆ, ਅੱਜ ਤਾਰਿਆ ਅਵਤਾਰ ਲਾਡਲਾ। ਪੁੱਤ ਹੋਵੇ ਜਿਸ ਪੁੱਤ ਮਾਂ ਬਾਪ ਦਾ, ਕੁਲਾ ਨੂੰ ਦੇਵੇ ਤਾਰ ਲਾਡਲਾ। ਪੁੱਤ ਹੋਵੇ ਜਿਸ ਪੁੱਤ ਮਾਂ ਬਾਪ ਦਾ, ਕੁਲਾ ਨੂੰ ਦੇਵੇ ਤਾਰ ਲਾਡਲਾ। ਅੰਮੀ ਵੇਚਦੇ ਜ਼ਮੀਨ ਤੇ ਮਕਾਨ ਨੀ, ਨਾਲੇ ਵੇਚ ਵਾਧੂ ਘਰ ਦਾ ਸਮਾਨ ਨੀ। ਅੰਮੀ ਵੇਚਦੇ ਜ਼ਮੀਨ ਤੇ ਮਕਾਨ ਨੀ, ਨਾਲੇ ਵੇਚ ਵਾਧੂ ਘਰ ਦਾ ਸਮਾਨ ਨੀ। ਕਿਹੜਾ ਕਰੂਗਾ ਸ਼ਰੀਕਾ ਨਾਲ ਝਗੜਾ, ਕਿਹੜਾ ਕਰੂਗਾ ਸ਼ਰੀਕਾ ਨਾਲ ਝਗੜਾ। ਲਾ ਮਗਰੋਂ ਬਿਮਾਰੀ ਅੰਮੀਏ, ਤੈਨੂੰ ਪਰੀਆਂ ਦਾ ਦੇਸ ਦਿਖਾਉਣਾ, ਮੈਂ ਮਨ ਵਿੱਚ ਤਾਰੀ ਅੰਮੀਏ। ਤੈਨੂੰ ਪਰੀਆਂ ਦਾ ਦੇਸ ਦਿਖਾਉਣਾ, ਮੈਂ ਮਨ ਵਿੱਚ ਤਾਰੀ ਅੰਮੀਏ। ਲਿਆ ਪਈਆਂ ਵਾਲਾ ਨਵਾਂ ਸੂਟ ਕੇਸ ਸੀ, ਪੈਕ ਕੀਤੇ ਮਾਂ ਦੇ ਸੂਟ ਦਰੀ ਖੇਸ ਸੀ। ਲਿਆ ਪਈਆਂ ਵਾਲਾ ਨਵਾਂ ਸੂਟ ਕੇਸ ਸੀ, ਪੈਕ ਕੀਤੇ ਮਾਂ ਦੇ ਸੂਟ ਦਰੀ ਖੇਸ ਸੀ।
चोरी राह दे विच की दरे ना हो जाए, चोरी राह दे विच की दरे ना हो जाए, ले तू मदी पटारी अम्मीए, तेनू परियां दा देस दिखाना मेहमान बिच तारी अम्मीए, तेनू परियां दा देस दिखाना मेहमान बिच तारी अम्मीए। एयरपोर्ट बार बैच बैंच ते बिठा गया, आख टिकटा मैं लेके आना हुणे आ गया। एयरपोर्ट एयरपोर्ट बार बैच ते बिठा गया, आख टिकटा मैं लेके आना हुणे आ गया। आउंदे जांदे ताईं बिट बिट तक दी, आउंदे जांदे ताईं बिट बिट तक दी, लवेगा कदों सार लाडला, बैठी बैंच उत्ते रही मां उड़ीक दी, उदारी गया मार लाडला, बैठी बैंच उत्ते रही मां उड़ीक दी, उदारी गया मार लाडला। लो जी, वाह जी वाह, क्या बात है रणदीप जी, बहुत सोहना गीत ते बहुत ही प्यारी थोड़ी आवाज़ ते अंदाज़, बहुत वधिया लग्या। सो बिल्कुल जी, कुछ गीत होंदे ने जिहड़े दिल दीआं तारां नूं हिला जांदे ने, सो जिंदगी दी हकीकत नूं बयान कर देंदे ने, परेशानियां जिहड़ियां नेगियां ओह साडियां जिहड़ियां ने कई वार वध भी जांदियां ने अजिहे गीत सुण के, कि समाज दे विच की हो रिहा, किहो जिहे हालात सानूं वेखण नूं मिल रहे ने। सो बहुत वधिया लग्या रणदीप जी, प्रोग्राम दे नाल तुसीं जुड़े, इस मंच ते आए, बहुत ही सोहने गीत दी सांझ पाई, बहुत बहुत शुक्रिया। सो बिल्कुल जी, जी ये सन रणदीप खंगुड़ा जी जो प्रोग्राम दे नाल जुड़े सी, बहुत ही सोहने गीत दी सांझ जिहड़ी है पा के गए ने साडे नाल। सो बहुत वधिया लग्गिया, ते हुण इस वेले साडे नाल प्रोग्राम दे विच अगले साडे जिहड़े कॉलर ने बचित्र सिंह जी, काफ़ी बार उन्हां दी कॉल जिहड़ी है साडे कोल आई है ते पर डिसकनैक्ट हो गई है, ते नाल ही डायरैक्ट लाइन ते भी मेरे कोल दो नंबर शो हो रहे हैं जिन्हां दीआं कॉल्स डिसकनैक्ट हो गईआं ने। सो बहुत जल्द तुहाडे नाल वी सांझ बणावांगे, 739 ते एक हैगा जी 832 ते एक नवा नंबर 761 जो साढ़े नाल जुड़ चुके ने। सो पहला आपां 761 नंबर जो साढ़े कोल पहुंचे उन्हां दे नाल सांझ बनाउणा, फिर बचित्र सिंह जी तुहाडे वल आ रहे हैं बहुत जल्द। सो बहुत बहुत स्वागत जी डायरैक्ट लाइन ते जो भी साढ़े नाल जुड़े ने, 761 लास्ट नंबर तुहाडा, स्वागत प्रोग्राम च। सत श्री अकाल मनप्रीत जी, क्या बात है। सो नवे नंबर तो देखो, आवाज नहीं असी भुले, नंबर हो सकता बदल सकता है पर आवाज अज भी साडे ज़हन दे विच हैगी आ। सो स्वागत, हां आवाज तां कदे असी भुलनी है जी अपन, हां आवाज असी कदे भुल भी नहीं सकदे। सो अज फिर की लेके आए हो सानू सुनाउण दे लई, हुणे हुणे रणदीप जी आके गए ने, सो मैं सोच ही रही सी वी अज तुसी जिहड़ा आए नहीं, क्यों नहीं आए, पर तुसी नाल ही आ गए हो, सो चंगी गल है, की सुनाओगे फिर। मैं कहानी सुनाना चाहती थी, सुना ना। आ जाओ फिर। ठीक है जी, एक ना रेडियो की कहानी है जी। मैं वो सुनाऊंगी थानू जी, लब जी जी। आ जाओ फिर। हेलो, हाँ जी सुन दे। पप्पू रेडियो वाला जी। कहानी सुनाने अपन, मैं कहा रेडियो ने जुड़े तो रेडियो वाली कहानी सुना देने। ਕਹਿੰਦੇ ਪੱਪੂ ਮਾਪਿਆਂ ਦਾ ਕੱਲਾ ਕਹਿਰਾ ਪੁੱਤ ਸੀ ਤੇ ਸੁੱਖ ਨਾਲ ਸਾਂਝਾ ਪਰਿਵਾਰ ਸੀਗਾ, ਪਰ ਆਦਤਾਂ ਪੱਪੂ ਦੀਆਂ ਬਹੁਤ ਮਾੜੀਆਂ ਸੀ। ਜਦੋਂ ਵੀ ਪੱਪੂ ਸ਼ਰਾਬ ਪੀ ਕੇ ਆਉਂਦਾ ਤੇ ਲੜਾਈ ਝਗੜਾ ਕਰਦਾ ਤੇ ਬਾਹਰ ਲੋਕਾਂ ਨੂੰ ਬਹੁਤ ਹੀ ਗਾਲਾਂ ਕੱਢਦਾ, ਉਹਦਾ ਰੋਜ਼ ਦਾ ਕੰਮ ਹੀ ਸੀਗਾ। ਉਸਦੇ ਘਰ ਦੇ ਤੇ ਰਿਸ਼ਤੇਦਾਰ ਪੱਪੂ ਦੀਆਂ ਇਸ ਆਦਤਾਂ ਤੋਂ ਵੇਖ ਕੇ ਬੜੇ ਹੀ ਦੁਖੀ ਸਨ, ਪਰ ਉਸਦੇ ਕੰਨ ਤੇ ਜੂ ਨੀ ਸਰਕਦੀ ਸੀ। ਆਖਰ ਘਰਦਿਆਂ ਨੇ ਆਖ ਕੇ ਸਲਾਹ ਕੀਤੀ ਕਿ ਚਲੋ ਇਸ ਦਾ ਆਪਾਂ ਵਿਆਹ ਕਰ ਦਿੰਦੇ ਤੇ ਆਪੇ ਸੁਧਰ ਜੂਗਾ। ਤੇ ਉਹਨਾਂ ਨੇ ਉਸਦੇ ਮਾਮੇ ਨਾਲ ਗੱਲ ਕਰਕੇ ਤੇ ਉਸਦੇ ਮਾਮੇ ਨੇ ਉਸਨੂੰ ਰਿਸ਼ਤਾ ਕਰਾ ਦਿੱਤਾ। ਅੱਛਾ, ਤੇ ਪੱਪੂ ਦੇ ਮਾਂ ਪਿਓ ਨੇ ਰਿਸ਼ਤੇ ਬਾਰੇ ਹਾਂ ਕਰ ਦਿੱਤੀ। ਮਾਮੇ ਦੇ ਨੇੜਲੇ ਰਿਸ਼ਤੇਦਾਰਾਂ ਚੋ ਹੀ ਕੁੜੀ ਸੀ, ਉਸਦੇ ਘਰਦਿਆਂ ਨਾਲ ਉਸਦੇ ਨਾਲ ਗੱਲਬਾਤ ਕੀਤੀ ਤੇ ਪੱਪੂ ਦਾ ਰਿਸ਼ਤਾ ਪੱਕਾ ਕਰਵਾ ਦਿੱਤਾ। ਹਜੇ ਵਿਆਹ ਹੋਏ ਨੂੰ ਥੋੜਾ ਹੀ ਸਮਾਂ ਹੋਇਆ ਸੀ, ਪੱਪੂ ਫੇਰ ਉਸੇ ਤਰ੍ਹਾਂ ਹੀ ਸ਼ਰਾਬ ਪੀਣ ਲੱਗ ਪਿਆ ਸੀ ਤੇ ਕਦੇ ਕਦੇ ਗਾਲਾਂ ਵੀ ਕੱਢਦਾ ਸੀ। ਉਸਦੇ ਮਾਮੇ ਨੇ ਪੱਪੂ ਨੂੰ ਕਈ ਵਾਰ ਸਮਝਾਇਆ, ਪੱਪੂ ਹੁਣ ਤੂੰ ਕਬੀਲਦਾਰ ਹੋ ਗਿਆ ਹੈ, ਤੇਰੇ ਅੱਗੇ ਵਾਸਤਾ ਪਾਉਣੇ ਹਾਂ ਕਿ ਕੋਈ ਚੱਜ ਦਾ ਕੰਮ ਕਰ ਲਿਆ ਕਰ, ਦਾਰੂ ਪੀ ਕੇ ਗਾਲਾਂ ਨਾ ਕੱਢਿਆ ਕਰ ਲੋਕਾਂ ਨੂੰ। ਪੱਪੂ ਆਖਣ ਲੱਗਿਆ, ਮਾਮਾ
ਸੋਚਦਾ ਤਾਂ ਮੈਂ ਵੀ ਆ ਕਿ ਮੈਂ ਗਾਲਾ ਨਾ ਕੱਢਿਆ ਕਰ, ਮੈਂ ਹੁਣ ਤਵੀਲਦਾਰ ਹੋ ਗਿਆ, ਪਰ ਮੈਨੂੰ ਪਤਾ ਹੀ ਨੀ ਲੱਗਦਾ ਜਦੋਂ ਮੈਂ ਪੀ ਲੈਂਦਾ ਮੈਨੂੰ ਚੜ ਕਿਵੇਂ ਜਾਂਦੀ ਤੇ ਗਾਲਾਂ ਕਿਵੇਂ ਨਿਕਲ ਜਾਂਦਾ। ਤੇ ਮਾਮੇ ਨੇ ਸ਼ਰਾਬੀ ਦੇ ਲੜ ਲਾ ਕੇ ਉਸ ਲੜਕੀ ਦਾ ਇੱਕ ਪਾਪ ਵਾਲਾ ਕੰਮ ਕੀਤਾ। ਇੱਕ ਦਿਨ ਫਿਰ ਪੱਪੂ ਜਦੋਂ ਦਾਰੂ ਪੀ ਕੇ ਆਇਆ ਤੇ ਗਾਲਾਂ ਕੱਢ ਰਿਹਾ ਤੇ ਉਸ ਦੇ ਮਾਮੇ ਨੇ ਪੱਪੂ ਨੂੰ ਝੜਕਿਆ ਤੇ ਦਬਾਇਆ ਤੇ ਪੁੱਛਿਆ ਤੇ ਤੂੰ ਗਾਲਾਂ ਕਿਉਂ ਕੱਢਦਾ ਹਾਂ? ਤਾਂ ਪੱਪੂ ਕਹਿਣ ਲੱਗਿਆ, ਮਾਮਾ ਜੀ ਮੈਂ ਤਾਂ ਗਾਲਾਂ ਕੱਢੀਆਂ ਹੀ ਨੀ, ਮੈਨੂੰ ਤਾਂ ਮੇਰੇ ਸਹੁਰਿਆਂ ਨੇ ਦਾਜ ਦੇ ਵਿੱਚ ਰੇੜੂਆ ਨੀ ਦਿੱਤਾ, ਮੈਂ ਤਾਂ ਕਰਕੇ ਗਾਲਾਂ ਕੱਢਣ ਦਾ ਡਰਾਮਾ ਕਰ। ਮਾਮਾ ਕਹਿਣ ਲੱਗਿਆ, ਠਹਿਰ ਜਾ, ਰੇੜਗੇ ਚ ਸੈੱਲ ਪਾਉਣ ਵਾਲੇ ਆ, ਉਹਨਾਂ ਨੇ ਦਿੱਤਾ ਤਾਂ ਹੈਗਾ, ਆਪਾਂ ਸੈੱਲ ਪਾਉਣੇ ਆ। ਮਾਮੇ ਨੇ ਪੱਪੂ ਦੇ ਸਾਹਮਣੇ ਇੱਕ ਕੰਨ ਤੇ ਚਪੇੜ ਠੋਕੀ ਟਿਕਾ ਕੇ ਤੇ ਬਹੁਤੀ ਦੀ ਪੇਟੀ ਦੇ ਵਿੱਚੋਂ ਇੱਕ ਰੇੜਗਾ ਕੱਢ ਕੇ ਲਿਆਇਆ ਤੇ ਉਸਦੇ ਸੈੱਲ ਪਾ ਕੇ ਉਸਨੂੰ ਚਲਾ ਦਿੱਤਾ। ਆਲ ਇੰਡੀਆ ਰੇਡੀਓ ਚੈਨਲ ਚੱਲਿਆ ਤੇ ਪੱਪੂ ਖੁਸ਼ੀ ਖੁਸ਼ੀ ਰੇੜਗਾ ਸੁਣਨ ਲੱਗ ਪਿਆ ਤੇ ਆਪਣੇ ਘਰ ਵਾਲੀ ਨਾਲ ਹੱਸਦਾ ਖੇਡਦਾ ਹੋਇਆ ਜ਼ਿੰਦਗੀ ਬਤੀਤ ਕਰਨ ਲੱਗ ਗਿਆ। ਨਾ ਕੋਈ ਗਾਲ ਤੇ ਨਾ ਕੋਈ ਦੁੱਪੜ ਤੇ ਨਾ ਦਾਰੂ ਤੇ ਨਾ ਸ਼ਰਾਬ, ਪੱਪੂ ਹਨ ਮਾਲਾ ਮਾਲ। ਧੰਨਵਾਦ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਿਲਕੁਲ, ਸੋ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਤਵੱਜੋ ਦੇ ਕੇ ਜ਼ਿਆਦਾ ਸੋਚ ਲੈਂਦੇ ਹਾਂ ਅਤੇ ਫਿਰ ਬਾਤ ਦੇ ਬਤੰਗੜ ਜਿਹੜੇ ਆ ਦਿਲ ਦਿਮਾਗ 'ਚ ਬਣਨ ਲੱਗ ਜਾਂਦੇ ਨੇ, ਜਿਵੇਂ ਕਿ ਰੇਡੀਓ ਦੀ ਕਹਾਣੀ। ਬਹੁਤ ਸੋਹਣੀ ਸੁਣਾਈ ਮਨਪ੍ਰੀਤ ਜੀ, ਬੜਾ ਵਧੀਆ ਲੱਗਿਆ। ਸੋ ਇਸੇ ਕਰਕੇ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾ ਅਲਰਟ ਹੋ ਕੇ ਚੱਲਣਾ ਚਾਹੀਦਾ, ਐਵੇਂ ਹਰ ਗੱਲ ਨੂੰ ਸੋਚ ਕੇ ਉੱਤੇ ਰਿਐਕਟ ਨਹੀਂ ਕਰਨਾ ਚਾਹੀਦਾ। ਥੋੜ੍ਹਾ ਠਰਮੇ ਦੇ ਨਾਲ ਸਮਾਂ ਦਿਓ, ਫਿਰ ਸੋਚ ਵਿਚਾਰ ਕਰੋ, ਫਿਰ ਰਿਐਕਟ ਕਰੋ, ਫਿਰ ਤੁਹਾਨੂੰ ਗੱਲ ਵੀ ਸਮਝ ਆਊਗੀ, ਹਾਲਾਤ ਅਤੇ ਸਿਚੁਏਸ਼ਨ ਜਿਹੜੀ ਹੈ ਤੁਹਾਡੇ ਹੱਕ 'ਚ ਖੜੂਗੀ। ਸੋ ਬਹੁਤ ਸੋਹਣੀ ਕਹਾਣੀ, ਸਿੱਖਿਆਦਾਇਕ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਸੋਹਣੀ ਜੀ ਕਹਾਣੀ ਇਸ ਮੰਚ 'ਤੇ ਲੈ ਕੇ ਸਾਡੇ ਨਾਲ ਜੁੜਨ ਦੇ ਲਈ। ਅਤੇ ਲਓ ਜੀ, ਇਸ ਵੇਲੇ ਬਚਿੱਤਰ ਸਿੰਘ ਜੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਅਮੈਰੀਕਾ ਤੋਂ। ਚੱਲਦੇ ਹਾਂ ਆਪਾਂ ਬਚਿੱਤਰ ਸਿੰਘ ਜੀ ਹੋਰਾਂ ਵੱਲ, ਦੇਖੀਏ ਫਿਰ ਅੱਜ ਕਿਹੜੀ ਖਾਸ ਕਲਾ ਇਹਨਾਂ ਦੇ ਨਾਲ ਪਹੁੰਚੀ ਹੈ ਰਚਨਾ ਦੇ ਰੂਪ ਦੇ ਵਿੱਚ। ਸੋ ਬਹੁਤ ਬਹੁਤ ਸਵਾਗਤ ਬਚਿੱਤਰ ਸਿੰਘ ਜੀ ਪ੍ਰੋਗਰਾਮ 'ਚ ਤੁਹਾਡਾ। ਧੰਨਵਾਦ ਗਗਨ, ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਫਿਰ ਪਹਿਲੇ ਕਾਲਰ ਬਣਦੇ ਬਣਦੇ ਪਿੱਛੇ ਨੂੰ ਆ ਗਏ, ਇਹ ਤੁਹਾਡੇ ਬਸ ਆ? ਨਹੀਂ, ਮੇਰੇ ਬਸ ਨਹੀਂ। ਅੱਜ ਤੇ ਮੈਂ ਤੁਹਾਡੀ ਕਾਲ ਅਟੈਂਡ ਕੀਤੀ ਪਰ ਤੁਹਾਡੀ ਕਾਲ ਹੀ ਗਾਇਬ ਹੋ ਗਈ। ਚਲੋ ਕੋਈ ਨਾ ਜੀ, ਦੇਰ ਆਏ ਦਰੋਸਤ ਆਏ, ਹੈ ਨਾ? ਬਿਲਕੁਲ। ਅੱਜ ਕੀ ਸੁਣਾਓਗੇ? ਗਜ਼ਲ ਸੁਣਾਉਣਾ ਗੁਰਭਜਨ ਗਿੱਲ ਦੀ, ਹੋਣਾ ਦੀ ਆ ਤੇ ਉਹ ਆਵਾਂ ਬਈ, ਡਾਲਰ ਦੇ ਅੱਗੇ ਮੁੱਲ ਘਟ ਗਿਆ ਰੁਪਈਆਂ ਦਾ। ਵਾਹ, ਡਾਲਰ ਦੇ ਅੱਗੇ ਮੁੱਲ ਘਟ ਗਿਆ ਰੁਪਈਆਂ ਦਾ, ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ। ਵਾਹ, ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ ਦੈਂਤ, ਪਿੱਛੋਂ ਪਤਾ ਲੱਗਦਾ ਸਿਆਣੇ ਦੀਆਂ ਕਹੀਆਂ ਦਾ। ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਓ ਦੈਂਤ, ਪਿੱਛੋਂ ਪਤਾ ਲੱਗਦਾ ਸਿਆਣੇ ਦੀਆਂ ਕਹੀਆਂ ਦਾ। ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ, ਸੱਜਰੀ ਪਕਾ ਕੇ ਦੇਣ ਵਾਲੀ ਬੇਬੇ ਮਰ ਗਈ, ਢੇਰ ਹੈ ਫਰਿੱਜ ਵਿੱਚ ਵਹੀਆਂ ਤਰਵਹੀਆਂ ਦਾ। ਕਿਆ ਬਾਤ ਹੈ, ਢੇਰ ਹੈ ਫਰਿੱਜ ਵਿੱਚ ਵਹੀਆਂ ਤਰਵਹੀਆਂ ਦਾ। ਆਲਸੀ ਨਾ ਬਣ, ਚੱਲ ਕਾਫਲੇ ਦੇ ਨਾਲ ਨਾਲ, ਬਣੀ ਨਾ ਪੁਜਾਰੀ ਵੀਰਾ ਪੈੜਾਂ ਪਿੱਛੇ ਰਹੀਆਂ ਦਾ। ਵੀ ਮਗਰੋਂ ਪੈੜਾਂ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ, ਬਣੀ ਨਾ ਪੁਜਾਰੀ ਵੀਰਾ ਪੈੜਾਂ ਪਿੱਛੇ ਰਹੀਆਂ ਦਾ। ਤੇ ਅਗਲਾ ਹੈ, ਦੁੱਖ ਕਦੇ ਦੱਸਿਆ ਸ਼ਹੀਦਾਂ ਨਾ ਮਰੀਦਾਂ ਨੇ, ਕੀਤਾ ਨਾ ਦਿਖਾਵਾ ਸੱਟਾਂ ਮੋਹਰਾਂ ਉੱਤੇ ਸਹੀਆਂ ਦਾ। ਕੀਤਾ ਨਾ ਦਿਖਾਵਾ ਸੱਟਾਂ ਮੋਹਰਾਂ ਉੱਤੇ ਸਹੀਆਂ ਦਾ। ਤੇ ਫਿਰ ਵੀ ਨਰਕਾਂ ਨੂੰ ਵੇਚ ਕੇ, ਨਰਕਾਂ ਨੂੰ ਦੱਸ ਕੇ ਤੂੰ ਵੇਚਣਾ, ਤੂੰ ਵੇਚਣਾ
ਸੁਰਗਾਂ ਨੂੰ ਵੇਚਣਾ ਤੂੰ ਨਰਕਾਂ ਦਾ ਡਰ ਦੇ ਕੇ ਸੋਰੀ ਸੁਰਗਾਂ ਸੁਰਗਾਂ ਨੂੰ ਵੇਚਣਾ ਤੂੰ ਨਰਕਾਂ ਦਾ ਡਰ ਦੇ ਕੇ ਛੱਡ ਖੇੜਾ ਪਾਂਡਿਆ ਛੱਡ ਖੇੜਾ ਪਾਂਡਿਆ ਤੂੰ ਪੱਤਰੀਆਂ ਬਹੀਆਂ ਦਾ ਕਿਆ ਬਾਤ ਦੁਬਾਰਾ ਫੇਰ ਸੁਰਗਾਂ ਨੂੰ ਵੇਚਣਾ ਤੂੰ ਨਰਕਾਂ ਦਾ ਡਰ ਦੇ ਕੇ ਛੱਡ ਖੇੜਾ ਪਾਂਡਿਆ ਤੂੰ ਪੱਤਰੀਆਂ ਬਹੀਆਂ ਦਾ ਤੇ ਆਖਰੀ ਸ਼ੇਰ ਆ ਬਈ ਅਕਲੇ ਨੀ ਅਕਲੇ ਤੂੰ ਰੋਕ ਨਾ ਦੀਵਾਨਿਆਂ ਨੂੰ ਅਕਲੇ ਨੀ ਅਕਲੇ ਤੂੰ ਰੋਕ ਨਾ ਦੀਵਾਨਿਆਂ ਨੂੰ ਕਤਲਗਾਹ ਚ ਮੁੱਲ ਕੀ ਆ ਦੱਸ ਤੇਰੇ ਜਹੀਆਂ ਦਾ ਵਾਹ ਕਿਆ ਬਾਤ ਕਤਲਗਾਹ ਚ ਮੁੱਲ ਕੀ ਆ ਦੱਸ ਤੇਰੇ ਜਹੀਆਂ ਦਾ ਤੇ ਗਗਨ ਮੈਂ ਨਾ ਕੁਛ ਇਸ ਗਜ਼ਲ ਤੋਂ ਮਤਲਬ ਕੁਛ ਇਹਦੇ ਕਾਫੀਏ ਦੇ ਨਾਲ ਨਾ ਕਾਫੀਆ ਜੋੜ ਕੇ ਦੋ ਚਾਰ ਲੈਂਦਾ ਮੈਂ ਆਪ ਬਣਾਈਆਂ ਸੀ ਲਿਖਦਾ ਤਾਂ ਮੈਂ ਹੁੰਦਾ ਨੀ ਮੈਂ ਜਵਾਨੀ ਦਿਮਾਗ ਚ ਹੀ ਬਣਾਉਂਦਾ ਹੁੰਦਾ ਜੀ ਜੀ ਤੇ ਉਹ ਮੈਂ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜੇ ਚੰਗੀਆਂ ਲੱਗਣ ਹਾਂ ਜ਼ਰੂਰ ਜ਼ਰੂਰ ਤੇ ਉਹ ਇਉਂ ਹੈ ਬਈ ਕੋਕ ਅਤੇ ਪੀਜ਼ੇ ਵਿੱਚੋਂ ਉਹ ਨਾ ਸਵਾਦ ਆਵੇ ਜਿਹੜਾ ਸੀਗਾ ਮੱਕੀ ਦੀ ਰੋਟੀ ਸਾਗ ਲੱਸੀ ਅਤੇ ਦਹੀਆਂ ਦਾ ਕੋਕ ਅਤੇ ਪੀਜ਼ੇ ਵਿੱਚੋਂ ਉਹ ਨਾ ਸਵਾਦ ਆਵੇ ਜਿਹੜਾ ਸੀਗਾ ਮੱਕੀ ਦੀ ਰੋਟੀ ਸਾਗ ਲੱਸੀ ਅਤੇ ਦਹੀਆਂ ਦਾ ਕਿਆ ਬਾਤ ਹੈ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਬਿਲਕੁਲ ਤੇ ਕਰਦੇ ਸਾਂ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਦੇ ਸਾਂ ਸਾਰੇ ਕੰਮ ਆਪਣੇ ਹੱਥਾਂ ਨਾਲ ਹਲ ਤੇ ਪੰਜਾਲੀ ਦਾਤੀ ਖੁਰਪੇ ਤੇ ਕਈਆਂ ਦਾ ਵਾਹ ਕਿਆ ਬਾਤ ਹੈ ਕਰਦੇ ਸਾਂ ਸਾਰੇ ਕੰਮ ਆਪਣੇ ਹੱਥਾਂ ਨਾਲ ਹੈਲੋ ਹਾਂਜੀ ਕਰਦੇ ਹਾਂ ਸਾਰੇ ਕੰਮ ਆਪਣੇ ਹੱਥਾਂ ਨਾਲ ਹਲ ਤੇ ਪੰਜਾਲੀ ਦਾਤੀ ਖੁਰਪੇ ਤੇ ਕਈਆਂ ਦਾ ਵਾਹ ਕਿਆ ਬਾਤ ਹੈ ਹੈਲੋ ਹਾਂਜੀ ਤੇ ਜੁੜ ਗਏ ਨੇ ਗੋਡੇ ਅੱਜ ਕੱਲ ਦੇ ਜਵਾਨਾਂ ਦੇ ਜੀ ਜੁੜ ਗਏ ਨੇ ਗੋਡੇ ਅੱਜ ਕੱਲ ਦੇ ਜਵਾਨਾਂ ਦੇ ਸਾਰੇ ਪਾਸੇ ਬੋਲਬਾਲਾ ਹੋ ਗਿਆ ਹੈ ਪਈਆਂ ਦਾ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਜਾਣੀ ਆਪਣੇ ਹੱਥਾਂ ਨਾਲ ਹੁਣ ਕੋਈ ਕੰਮ ਨੀ ਕਰਕੇ ਰਾਜੀ ਗਗਨ ਬਿਲਕੁਲ ਜੀ ਬਿਲਕੁਲ 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 ਖਾਸ ਕਰਕੇ ਪੰਜਾਬ ਦੀ ਗੱਲ ਕਰ ਰਿਹਾ ਮੈਂ ਕਿਉਂਕਿ ਇੱਥੇ ਹੀ ਰਹੇ ਆਪਾਂ ਜੁੜ ਗਏ ਨੇ ਗੋਡੇ ਅੱਜ ਕੱਲ ਦੇ ਜਵਾਨਾਂ ਦੇ ਬਿਲਕੁਲ ਸਾਰੇ ਪਾਸੇ ਬੋਲਬਾਲਾ ਹੋ ਗਿਆ ਹੈ ਪਈਆਂ ਦਾ ਤੇ ਆਖਰੀ ਸ਼ੇਰ ਮੈਂ ਲਿਖਿਆ ਬਣਾਇਆ ਸੀ ਅੰਤ ਦੇ ਵੇਲੇ ਕੰਮ ਆਉਣੀ ਕੀਤੀ ਲੋਕ ਸੇਵਾ ਵਾਹ ਕਿਆ ਬਾਤ ਹੈ ਅੰਤ ਦੇ ਵੇਲੇ ਕੰਮ ਆਉਣੀ ਕੀਤੀ ਲੋਕ ਸੇਵਾ ਮੁੱਲ ਨਹੀਂ ਉਹ ਪੈਣਾ ਫਿਰ ਨੋਟਾਂ ਦੀਆਂ ਥਈਆਂ ਦਾ ਤੇ ਇਹ ਚਾਰ ਕੁ ਲੈਣਾ ਸੀ ਮੈਂ ਆਖਿਆ ਵੀ ਚਲੋ ਹੈ ਤਾਂ ਟੁੱਟੀਆਂ ਫੁੱਟੀਆਂ ਲੈਣਾ ਪਰ ਚਲੋ ਸ਼ਾਇਦ ਕਿਸੇ ਨੂੰ ਚੰਗੀਆਂ ਲੱਗੇ ਹੁਣ ਨਹੀਂ ਨਹੀਂ ਬਿਲਕੁਲ ਬਚੇਤਰ ਸਿੰਘ ਜੀ ਬਹੁਤ ਸੋਹਣੀਆਂ ਲਾਈਨਾਂ ਨੇ ਤੇ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਤੁਸੀਂ ਇਹ ਜਿਹੜੀਆਂ ਲਾਈਨਾਂ ਜੋੜਨ ਦੀ ਅੱਗੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਤੁਸੀਂ ਜੁੜੇ ਸੋਹਣੀਆਂ ਰਚਨਾਵਾਂ ਤੇ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਨਾਲ ਤੁਸੀਂ ਸਾਂਝ ਪਾਈ ਇਸ ਮੰਚ ਤੇ ਆਏ ਬਹੁਤ ਬਹੁਤ ਸ਼ੁਕਰੀਆ ਓਕੇ ਧੰਨਵਾਦ ਗਗਨ ਜੀ ਇਹ ਸਨ ਬਚਿੱਤਰ ਸਿੰਘ ਜੀ ਜੋ ਇਸ ਵੇਲੇ ਸਾਡੇ ਨਾਲ ਅਮਰੀਕਾ ਤੋਂ ਜੁੜੇ ਸੀ ਤੇ ਇੱਕ ਹੋਰ ਨੰਬਰ 832 ਸਾਡੇ ਕੋਲ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਸਾਡੇ ਸਰੋਤੇ ਵੇਖੀਏ ਕੌਣ ਨੇ ਜੀ ਕਿੱਥੋਂ ਜੁੜੇ ਨੇ ਤੇ ਮੇਰੇ ਕੋਲ ਸੁਨੇਹੀ ਵੀ ਤੁਹਾਡੇ ਹਾਲੇ ਕਾਫੀ ਸਾਰੇ ਬਾਕੀ ਬਚੇ ਹੋਏ ਨੇ ਤੇ ਨਾਲ ਨਾਲ ਫੇਸਬੁੱਕ ਦੇ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਸੋ ਜਿਨ੍ਹਾਂ ਦੇ ਵਿੱਚ ਸੁਨੇਹਾ ਪਹੁੰਚ ਚੁੱਕਿਆ ਜੀ ਇੱਕ ਹਰਜਿੰਦਰ ਛਿੰਦਾ ਜੀ ਹੋਰਾਂ ਦਾ ਜਸਵੀਰ ਜਸੀ ਗਗਨ ਸੋਨੀ ਸੀਤਾ ਔਰ ਗੀਤਾ ਇਹਨਾਂ ਦੀਆਂ ਪੋਤੀਆਂ ਪਤੀ ਸੁਖੂ ਨੇ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਸੋ ਭੇਜਿਆ ਜੀ ਸੁਨੇਹਾ ਕਹਿੰਦੇ ਆ ਜੋ ਤੁਹਾਨੂੰ ਗਲਤ ਸਮਝਦਾ ਹੈ ਉਹ ਤੁਹਾਨੂੰ ਮਰਦੇ ਦਮ ਤੱਕ ਗਲਤ ਹੀ ਸਮਝਦਾ ਰਹੇਗਾ ਕਿਉਂਕਿ ਨਜ਼ਰ ਦਾ ਓਪਰੇਸ਼ਨ ਹੋ ਸਕਦਾ ਹੈ ਨਜ਼ਰੀਏ ਦਾ ਨਹੀਂ ਸੋ ਕਿਆ ਬਾਤ ਹੈ ਅਤੇ ਫਿਲਹਾਲ ਡਾਇਰੈਕਟ ਲਾਈਨ 'ਤੇ ਸਾਡੇ ਨਾਲ ਜੋ ਸਰੋਤੇ ਜੁੜੇ ਨੇ ਉਹ ਵੇਖੀਏ ਕੌਣ ਨੇ ਔਰ ਕਿੱਥੋਂ ਜੁੜੇ ਨੇ ਕੀ ਲੈ ਕੇ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ 832 ਲਾਸਟ ਨੰਬਰ ਹੈਲੋ ਹਾਂਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ ਹਾਂਜੀ ਨਮਸਕਾਰ ਮੈਡਮ ਜੀ
ਜੀ ਨਮਸਕਾਰ, ਬਹੁਤ ਬਹੁਤ ਸਵਾਗਤ। ਸ਼ੁਕਰੀਆ ਮੈਡਮ ਜੀ। ਸਭ ਤੋਂ ਪਹਿਲਾਂ ਤੁਹਾਨੂੰ, ਤੁਹਾਡੀ ਸਮੁੱਚੀ ਟੀਮ ਨੂੰ ਤੇ ਪ੍ਰੋਗਰਾਮ ਸੁਣਦੇ ਰੱਬ ਵਰਗੇ ਤਮਾਮ ਸਰੋਤਿਆਂ ਨੂੰ ਵੀ ਨਮਸਕਾਰ ਮੈਡਮ ਜੀ। ਜੀ ਸਾਰਿਆਂ ਤੱਕ ਨਮਸਕਾਰ ਪਹੁੰਚ ਗਿਆ ਤੇ ਅਸੀਂ ਤੁਹਾਡਾ ਸ਼ੁਭ ਨਾਮ ਜਾਣ ਸਕਦੇ ਹਾਂ, ਕੌਣ ਬੋਲ? ਮੈਡਮ ਜੀ ਮੈਂ ਤੁਹਾਡਾ ਆਪ ਜੀ ਦਾ ਨਿਯਮਿਤ ਸਰੋਤਾ ਰਮਨ ਵਰਮਾ, ਪਿੰਡ ਬੁਰਜਨ ਮਾਨਗਾ, ਨੇੜੇ ਮੰਡੀ ਅਰਨੀ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਗੱਲ ਕਰ ਰਿਹਾ ਮੈਡਮ। ਵਾਹ ਜੀ ਵਾਹ, ਰਮਨ ਵਰਮਾ ਜੀ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਹੈ। ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਮੈਡਮ, ਸਾਡੀ ਵੀ ਦਿਲੀ ਤਮੰਨਾ ਸੀ ਤੁਹਾਡੇ ਨਾਲ ਗੱਲ ਕਰੀਏ ਔਰ ਸਾਰੇ ਸਰੋਤਿਆਂ ਨਾਲ ਗੱਲ ਕਰਨ ਦੀ, ਔਰ ਬੜੀ ਖੁਸ਼ੀ ਹੋ ਰਹੀ ਤੁਹਾਡੇ ਨਾਲ ਗੱਲ ਕਰਕੇ ਮੈਡਮ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਜਿੰਨੀ ਤੁਹਾਨੂੰ ਖੁਸ਼ੀ ਉਸ ਤੋਂ ਵੱਧ ਖੁਸ਼ੀ ਮੈਨੂੰ ਹੋ ਰਹੀ ਹੈ ਕਿ ਅਕਸਰ ਹੀ ਤੁਹਾਡੀ ਖੂਬਸੂਰਤ ਆਵਾਜ਼ ਵਿੱਚ ਔਰ ਤੁਹਾਡੇ ਪੈਗਾ ਪ੍ਰੋਗਰਾਮਾਂ ਨੂੰ ਸੁਣਦੇ ਰਹਿੰਦੇ ਅਸੀਂ, ਸਾਡਾ ਪਰਿਵਾਰ ਬਹੁਤ ਖੁਸ਼ ਹੁੰਦਾ ਤੁਹਾਡੀ ਖੂਬਸੂਰਤ ਆਵਾਜ਼ਾਂ ਜਦੋਂ ਸਾਡੇ ਨਗਰ ਬੁਰਜਨ ਮਾਨਗੜ ਵਿੱਚ ਪਹੁੰਚਦੀਆਂ ਤੇ ਸਾਡਾ ਪਰਿਵਾਰ ਬਾਗੋ ਬਾਗ ਹੋ ਜਾਂਦਾ ਮੈਡਮ ਜੀ ਤੁਹਾਡੇ ਪ੍ਰੋਗਰਾਮ ਸੁਣ ਕੇ ਜੀ। ਕਿਆ ਬਾਤ ਹੈ, ਇੰਨਾ ਮਾਣ ਬਖਸ਼ਣ ਦੇ ਲਈ ਦਿਲੋਂ ਸ਼ੁਕਰੀਆ ਤੁਹਾਡਾ। ਤੇ ਅੱਜ ਫਿਰ ਬਸ ਜੀ ਅਸੀਂ ਦਿਲੀ ਤਮੰਨਾ ਸੀ ਤੁਹਾਡੇ ਨਾਲ ਗੱਲ ਕਰਨ ਦੀ, ਬੜੀ ਖੁਸ਼ੀ ਹੋ ਰਹੀ ਮੈਡਮ ਗੱਲ ਕਰਕੇ, ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਤੇ ਸਾਨੂੰ ਵੀ, ਸਾਰੇ ਸਰੋਤਿਆਂ ਨੂੰ ਵੀ, ਸਾਰਿਆਂ ਨੂੰ ਨਮਸਕਾਰ ਇੱਕ ਵਾਰੀ ਫਿਰ ਮੈਡਮ ਜੀ। ਜੀ ਜੀ ਜੀ, ਔਰ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਔਰ ਸਾਰੇ ਸਰੋਤਿਆਂ ਨੂੰ, ਤੁਸੀਂ ਜੋ ਇੰਨੇ ਸਰੋਤਿਆਂ ਲਈ ਪ੍ਰੋਗਰਾਮ ਵਧੀਆ ਲੈ ਕੇ ਆਉਂਦੇ ਹੋ ਔਰ ਸਰੋਤਿਆਂ ਦਾ ਖਿਆਲ ਰੱਖਦੇ ਹੋ, ਦਿਲੋਂ ਧੰਨਵਾਦ ਤੁਹਾਡਾ ਮੈਡਮ ਜੀ। ਵਾਹ ਜੀ ਵਾਹ, ਕਿਆ ਬਾਤ ਹੈ ਰਮਨ ਜੀ, ਇੰਨੀਆਂ ਸੋਹਣੀਆਂ ਦੁਆਵਾਂ ਦੇ ਲਈ ਮੇਰੇ ਵੱਲੋਂ ਵੀ ਤੁਹਾਡਾ ਦਿਲੋਂ ਸ਼ੁਕਰੀਆ। ਸੋ ਪਰਮਾਤਮਾ ਹਮੇਸ਼ਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਤੇ ਅਸੀਂ ਤੁਹਾਡੀ ਆਵਾਜ਼ ਐਵੇਂ ਸੁਣਦੇ ਰਹੀਏ, ਸਾਡੇ ਪਰਿਵਾਰ ਦੀ ਰੌਣਕ। ਥੈਂਕ ਯੂ ਮੈਡਮ, ਬਹੁਤ ਬਹੁਤ ਸ਼ੁਕਰੀਆ ਮੈਡਮ, ਤੁਹਾਡਾ ਵੀ ਜੀ ਬਹੁਤ ਚੰਗਾ ਲੱਗਿਆ ਮੈਡਮ ਤੁਹਾਡੇ ਨਾਲ ਗੱਲ ਕਰਕੇ। ਜੀ ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਹ ਸਨ ਰਮਨ ਵਰਮਾ ਜੀ ਬੁਰਜ ਹਨੁਮਾਨਗੜ੍ਹ ਤੋਂ। ਬਲਵਿੰਦਰ ਬਿੱਲਾ ਜੀ, ਲਗਾਤਾਰ ਪਿੱਛੇ ਪਿੱਛੇ ਬਹੁਤ ਸਾਰੀਆਂ ਕਾਲਸ ਪਹੁੰਚ ਰਹੀਆਂ ਨੇ, ਪਰ ਸਮਾਂ ਤੇ ਹੁਣ ਸਾਡੇ ਕੋਲ ਇੱਕ ਮਿੰਟ ਦਾ ਹੀ ਬਚਿਆ ਤੇ ਜਸਵਿੰਦਰ ਜੀ ਜਿਹੜੇ ਆਲਰੇਡੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਚੱਲੀਏ ਜਸਵਿੰਦਰ ਜੀ ਹੋਰਾਂ ਵੱਲ। ਸੋ ਜਸਵਿੰਦਰ ਜੀ, ਇੱਕ ਮਿੰਟ ਦਾ ਸਮਾਂ ਕੀ ਕਹੋਗੇ ਫਿਰ ਭੱਜਦੇ ਭੱਜਦੇ? ਜਸਵਿੰਦਰ ਜੀ ਮੈਨੂੰ ਲੱਗਦਾ ਹਜੇ ਲਾਈਨ ਆਪਣੀ ਕਨੈਕਟ ਨਹੀਂ ਹੋਈ ਸੀ, ਹੁਣ ਲਾਈਨ ਕਨੈਕਟ ਹੋਈ ਹੈ ਤੇ ਹੁਣ ਦੱਸੋ ਕੀ ਕਹਿ ਰਹੇ ਹੋ। ਹਾਂ ਹਾਂ ਗਗਨ, ਕੋਈ ਗੱਲ ਨਹੀਂ, ਜੇ ਟਾਈਮ ਖਤਮ ਹੋ ਗਿਆ ਮੈਂ ਕੱਲ ਨੂੰ, ਉਹ ਅਸਲ ਚ ਮੈਂ ਤਾਂ ਮੈਂ ਸੁਨੇਹਾ ਹੀ ਦੇਣਾ ਸੀ ਵੀ ਕੱਲ ਨੂੰ ਭਾਈ ਭੀਮ ਸੈਨ ਦੀ ਮੈਰਿਜ ਐਨਵਰਸਰੀ ਹੈ ਮੁੰਡੇ ਦੀ ਜੀ, ਤੋ ਮੈਂ ਬਲਵੰਤ ਨੂੰ ਤਾਂ ਹੀ ਕਹਿ ਰਿਹਾ ਸੀ ਵੀ ਡੀਜੇ ਲੱਗਿਆ ਆਇਆ ਤੇ ਤੂੰ ਗਾਣੇ ਗਾਈ ਜਾ ਰਿਹਾ, ਮੇਰੀ ਪ੍ਰਾਇਮਰੀ ਸਕੂਲ ਵਾਲੀ ਰੁਸ ਕੇ ਭੱਜ ਗਈ ਤੇ ਕੋਈ ਤੈਨੂੰ ਉੱਥੋਂ ਆ ਕੇ ਸ਼ਾਮ ਦਾ ਟਾਈਮ ਆ ਤੇ ਕੋਈ ਹੋਰ ਨਾ ਤੇਰੇ ਘਰ ਦੀ ਮਾਰਾਂ ਚ ਵੀ ਇੱਕ ਸੈਡ ਸੌਂਗ ਕਿਉਂ ਗਾ ਰਿਹਾ ਨਾ। ਅੱਛਾ ਮੇਰੇ ਕੋਲ ਗਾਣਾ ਗੀਤ ਸੀਗਾ ਗਗਨ ਭੰਗੜੇ ਵਾਲਾ, ਹੁਣ ਮੈਂ, ਮੈਨੂੰ ਕੱਲ ਨੂੰ ਟਾਈਮ ਦੇ ਦਿਓ ਪਹਿਲੇ ਨੰਬਰ ਤੇ, ਤੇ ਮੈਂ ਕੱਲ ਨੂੰ ਆਪਾਂ ਭੀਮ ਸੈਨ ਦੇ ਉੱਥੋਂ ਸ਼ੁਰੂ ਕਰ ਲੈਣਾ, ਫੇਰ ਦੁਬਾਰਾ ਐਵੇਂ ਚੱਲੂਗਾ ਰੌਣਕ ਦਾ। ਪੱਕਾ ਜਸਵਿੰਦਰ ਜੀ, ਪੱਕਾ। ਸਾਰਿਆਂ ਨੂੰ ਸੱਦਾ ਤੇ ਬਟੂਆ ਬਟੂਆ ਆਪਣੇ ਭਰ ਕੇ ਲੈ ਗਏ ਭਾਈ, ਨੋਟ ਮਾਰਨੇ ਪੈਣੇ ਤੁਹਾਨੂੰ ਨਾ। ਚਲੋ ਜੀ, ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ। ਸੋ ਬਿਲਕੁਲ ਜੀ, ਬਹੁਤ ਸਾਰੇ ਮੇਰੇ ਕੋਲ ਸੁਨੇਹੇ, ਪਰ ਹੁਣ ਮੇਰੇ ਕੋਲ ਸਮਾਂ ਨਹੀਂ ਹੈ ਕਿ ਮੈਂ ਜਿਹੜਾ ਹੋਰ ਕਾਲਸ ਲੈ ਸਕਾਂ। ਸੋ ਬਲਵਿੰਦਰ ਬਿੱਲਾ ਜੀ ਔਰ ਬਹੁਤ ਸਾਰੀਆਂ ਹੋਰ ਕਾਲਾਂ ਜਿਹੜੀਆਂ ਮਿਸ ਕਾਲ ਦੇ ਰੂਪ ਦੇ ਵਿੱਚ ਰਹਿ ਗਈਆਂ ਨੇ, ਜਿਨ੍ਹਾਂ ਦੇ ਵਿੱਚ ਸਤਪਾਲ ਕਿੰਗਰਾ ਜੀ, ਬਿੰਦਰਜੀਤ ਜੀ, ਸੁਖਵਿੰਦਰ ਕੌਰ ਜੀ, ਮਨਪ੍ਰੀਤ ਜੀ ਔਰ ਜਸਲੀਨ ਜੀ ਜਿਹੜੇ ਹੈ ਮਿਸ ਕਾਲ ਦੇ ਰੂਪ ਦੇ ਵਿੱਚ, ਜਿਹੜਾ ਇਹਨਾਂ ਦਾ ਨੰਬਰ ਮੈਨੂੰ ਸ਼ੋਅ ਹੋ ਰਿਹਾ ਅਤੇ ਦੋ ਤਿੰਨ ਨਵੇਂ ਨੰਬਰ ਜਿਹੜੇ ਨਾਮ ਮੇਰੇ ਕੋਲ ਨਹੀਂ ਸ਼ੋਅ ਹੋ ਰਿਹਾ। ਸੋ ਮਾਫੀ ਚਾਹੂੰਗੀ ਦਿਲੋਂ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਸਾਂਝ ਬਣਾਵਾਂਗੇ। ਕੱਲ੍ਹ ਫਿਰ ਠੀਕ ਭਾਰਤੀ ਸਮੇਂ ਦੇ ਅਨੁਸਾਰ 9:30 to 10:30 ਤੱਕ ਤੁਸੀਂ ਇਸ ਪ੍ਰੋਗਰਾਮ ਨੂੰ ਫੇਸਬੁੱਕ 'ਤੇ ਵੀ ਲਾਈਵ ਸੁਣੋਗੇ ਅਤੇ ਰੇਡੀਓ ਦੀ ਐਪ ਜਿਹੜੀ ਹੈ ਚੰਨ ਪਰਦੇਸੀ ਦੀ ਡਾਊਨਲੋਡ ਕਰਕੇ ਐਪ 'ਤੇ ਵੀ ਸੁਣ ਸਕਦੇ ਹੋ, ਵੈਬਸਾਈਟ 'ਤੇ ਵੀ ਸੁਣ ਸਕਦੇ ਹੋ। ਸੋ ਬਹੁਤ ਸਾਰੇ ਜ਼ਰੀਏ ਨੇ ਇਸ ਪ੍ਰੋਗਰਾਮ ਨੂੰ ਸੁਣਨ ਦੇ ਲਈ। ਅਤੇ ਹੁਣ ਗਗਨਦੀਪ ਚਾਹੇਗੀ ਤੁਹਾਡੇ ਸਾਰਿਆਂ ਤੋਂ ਇਜਾਜ਼ਤ, ਜਾਂਦੇ ਜਾਂਦੇ ਚੰਦ ਸੁਨੇਹੇ ਸਪੀਡ ਦੇ ਨਾਲ ਪੜ੍ਹ ਕੇ ਜ਼ਰੂਰ ਜਾਵਾਂਗੀ, ਕਿਉਂਕਿ ਬਹੁਤ ਸਾਰੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੀ ਅੱਜ ਇਸ ਮੰਚ 'ਤੇ ਹਾਜ਼ਰੀ ਵੀ ਨਹੀਂ ਲੱਗੀ ਹੈ। ਸੋ ਗੁਰਜੀਤ ਜੀ, ਸ਼ਰਨਜੀਤ ਕੌਰ ਜੀ ਪ੍ਰੋਗਰਾਮ ਦੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਗਗਨ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਬਹੁਤ ਹੀ ਘੈਂਟ ਚੱਲ ਰਿਹਾ, ਵਾਜੀਵਾ, ਬਹੁਤ ਹੀ ਖੂਬਸੂਰਤ ਗੀਤ ਸਾਰਿਆਂ ਨੇ ਸੁਣਾਏ। ਵਿਸ਼ਾਲ ਕੁਮਾਰ ਜੀ ਇਟਲੀ ਤੋਂ ਬਹੁਤ ਸਾਰੇ ਥੰਮਸ ਅਪ ਭੇਜ ਰਹੇ ਨੇ, ਸ਼ੁਕਰੀਆ ਵਿਸ਼ਾਲ ਜੀ। ਅਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਜਿੰਦਰ ਸਿੰਘ ਮਾਂਗੜ ਜੀ ਕੈਲੀਫੋਰਨੀਆ ਤੋਂ, ਸਤਿ ਸ਼੍ਰੀ ਅਕਾਲ ਗਗਨ ਜੀ, ਆਪ ਜੀ ਨੂੰ ਅਤੇ ਪੂਰੇ ਪਰਿਵਾਰ ਨੂੰ। ਅਤੇ ਨਾਲ ਹੀ ਇਕਬਾਲ ਜੀ ਕੈਨੇਡਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਕਹਿੰਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਗਗਨ ਕੰਨ ਨੂੰ ਟੂਟੀ ਲਾਈ ਹੁੰਦੀ ਹੈ ਤਾਂ ਕਿ ਗਗਨ ਦਾ ਪਤਾ ਲੱਗ ਜਾਵੇ ਕਿ ਸਤਿ ਸ਼੍ਰੀ ਅਕਾਲ ਲੇਟ ਹੋ ਜਾਂਦੀ ਹੈ, ਕਬੂਲ ਕਰਿਓ। ਸੋ ਕਬੂਲ ਕਬੂਲ ਕਬੂਲ, ਤੁਹਾਡੀ ਸਤਿ ਸ਼੍ਰੀ ਅਕਾਲ ਇਕਬਾਲ ਜੀ, ਬੜਾ ਵਧੀਆ ਲੱਗਿਆ। ਔਰ ਹਰਮੇਲ ਜੀ ਬਠਿੰਡਾ ਤੋਂ, ਵਕੀਲ ਸਾਹਿਬ ਸਾਡੇ ਨਾਲ, ਬਾਬੂ ਸਿੰਘ ਮਾਨ ਜੀ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਜਰਨੈਲ ਜੀ ਦੁਬਈ ਤੋਂ, ਹਰਜਿੰਦਰ ਸ਼ਿੰਦਾ ਜੀ ਵੀ ਸਾਡੇ ਨਾਲ, ਪਰਮਿੰਦਰ ਖਹਿਰਾ ਜੀ ਵੀ, ਅਤੇ ਇੰਦਰਜੀਤ ਜੀ ਥਾਈਲੈਂਡ ਬੈਂਕਾਕ ਤੋਂ, ਅਰਸ਼ਦੀਪ ਜੀ ਜਿਹੜੇ ਅੱਜ ਉਹਨਾਂ ਵੱਲੋਂ ਮੇਰੇ ਕੋਲ ਆਡੀਓ ਪਹੁੰਚੀ ਸੀ, ਜਿਹੜੀ ਰਹਿ ਗਈ ਅਰਸ਼ਦੀਪ ਕੌਰ ਪਿੰਡ ਫੈਜ਼ਗੜ੍ਹ ਤੋਂ, ਕਵਿਤਾ ਲੈ ਕੇ ਹਾਜ਼ਰ ਆ ਗਗਨ ਜੀ, ਜਿਸ ਦਾ ਸਿਰਲੇਖ ਹੈ ਨਿਮਾਣੇ ਲੇਖਕ
जगवंत खेड़ा जी थोड़ी रचना भी मैं कल सांझी करांगी। मनजिंदर बुट्टर जी जिहड़े विनीपेग तो प्रोग्राम दे नाल जुड़े हुए ने और नाल ही बहुत सारे साडे परिवारिक मैंबर जिन्हां दे हुण मैं सुनेहे शायद ना पढ़ पावां समय की कमी के करके, भीम सैन जी, राजरानी नानी मुनी पैरी काटो ते अनिकेत और मनी टोबा तो सरबजीत जी और रविंदर जी लुधियाना तो, कश्मीर जी सियाटल तो, सुखमंदर जी टोरंटो कैनेडा तो, दलजीत जी ग्रीस तो, मनमोहन जी न्यूजर्सी तो, दलवीर सिद्धू जी विनीपेग तो, विजय जी ठिंडा तो, ते मौड़ खुर्द तो बिल्ला मौड़ जी और प्रीती शेरों जी और नाल नाल मोहन जी बठिंडा तो, ते जगराज सिंह कणकवालिया जी भी प्रोग्राम दे नाल, गिलन टीवी प्रोग्राम दे नाल। सो बहुत बहुत शुक्रिया तुहाडा सारयां दा इस प्रोग्राम दे नाल चलन दे लई और प्रिंसीपल साहब भी आ चुके ने बिल्कुल एंड दे। सो बहुत बहुत शुक्रिया जी तुहाडा सारयां दा प्रोग्राम दे नाल जुड़न दे लई। सो प्रोग्राम दा लिंक जदों तुहाडे कोल पहुंचूगा लाइक शेयर कमेंट कर दिया करो और फेसबुक लिंक भी जिहड़ा जे तुसीं सुणदे हो बाद दे विच वी जे सुणोगे तां इस नूं शेयर जरूर करियो ताकि जे प्रोग्राम तुहानूं चंगा लगदा ते अपने प्रोग्राम दी फिर सारयां तक पहुंच होणी चाहीदी है। सो शुक्रिया मेरे वालों पहले ही तुहाडा सारयां दा। ते लो जी हुण दिओ इजाजत, कल फिर मिलांगे, लैके आवांगे कुछ ना कुछ नवां ते कुछ ना कुछ खास। तद तक दे लई इजाजत।